ਵਾਹਿਗੁਰੂ ਜੀ, ਵਾਹਿਗੁਰੂ, ਦਮ ਦਮ ਸਦਾ ਸਮਾਲਦਾ। ਅੰਮ੍ਰਿਤ ਕਾਲ ਮੇ ਅਪਨੀ ਵਿਰਾਸਤ ਔਰ ਅਪਨੇ ਪੂਰਵਜੋਂ ਪਰ ਗਰਵ ਕਰਤੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਕੇ ਆਹਵਾਨ ਪਰ ਪਿਛਲੇ ਵਰਸ਼ ਦੇਸ਼ ਨੇ ਗੁਰੂ ਗੋਬਿੰਦ ਸਿੰਘ ਜੀ ਕੇ ਸਾਹਿਬਜ਼ਾਦੋਂ ਕੇ ਗੌਰਵਮਈ ਇਤਿਹਾਸ ਕੋ ਯਾਦ ਕੀਆ ਤਥਾ ਉਨਕੇ ਬਲੀਦਾਨ ਪਰ ਸ਼ਰਧਾਂਜਲੀ ਅਰਪਿਤ ਕਰਤੇ ਹੋਏ ਵੀਰ ਬਾਲ ਦਿਵਸ ਮਨਾਇਆ ਕਿ ਗੁਰੂ ਸਾਹਿਬ ਕੇ 6 ਔਰ 9 ਸਾਲ ਕੇ ਛੋਟੇ ਸਾਹਿਬਜ਼ਾਦੋਂ ਜਿਨ੍ਹੇ ਮੁਗਲ ਹਕੂਮਤ ਨੇ ਜ਼ਿੰਦਾ ਨੀਵੋਂ ਮੇਂ ਚੁਨਵਾ ਕਰ ਸ਼ਹੀਦ ਕੀਆ ਥਾ। ਸਿੱਖ ਗੁਰੂਓਂ ਕੇ ਇਤਿਹਾਸ ਔਰ ਬਲੀਦਾਨ ਕੀ ਗਾਥਾ ਕੋ ਜਨ ਜਨ ਤੱਕ ਪਹੁੰਚਾਣੇ ਕੇ ਲੀਏ ਵੀਰ ਬਾਲ ਦਿਵਸ ਅਬ ਪ੍ਰਤਿਏਕ ਵਰਸ਼ 26 ਦਸੰਬਰ ਕੋ ਮਨਾਇਆ ਜਾ ਰਹਾ ਹੈ। ਇਸੀ ਕ੍ਰਮ ਮੇਂ ਇਸ ਸਾਲ ਵੀ ਇਸ ਅਵਸਰ ਪਰ ਭਵਯ ਸਮਾਰੋਹ ਕਾ ਆਯੋਜਨ ਕੀਆ ਜਾ ਰਹਾ ਹੈ। ਦਸੰਬਰ 1704 ਮੇਂ ਜ਼ਾਲਿਮ ਮੁਗਲ ਸੂਬੇਦਾਰ ਵਜ਼ੀਰ ਖਾਨ ਦੁਆਰਾ ਸਾਹਿਬਜ਼ਾਦੋਂ ਔਰ ਮਾਤਾ ਗੁਜਰੀ ਕੋ ਅਤਿਅੰਤ ਠੰਡ ਮੇਂ ਠੰਡੇ ਬੁਰਜ ਮੇਂ ਕੈਦ ਕਰਕੇ ਅਨੇਕੋਂ ਤਸੀਹੇ ਦੀਏ ਗਏ। ਛੋਟੇ ਸਾਹਿਬਜ਼ਾਦੋਂ ਕਾ ਧਰਮ ਪਰਿਵਰਤਨ ਕਰਨੇ ਕੇ ਲੀਏ ਉਨ੍ਹੇ ਕਚਹਿਰੀ ਮੇਂ ਪੇਸ਼ ਕੀਆ ਗਿਆ। ਉਨ ਪਰ ਝੂਠੇ ਮੁਕਦਮੇ ਚਲਾਏ ਗਏ, ਮੌਤ ਕੇ ਡਰਾਵੇ ਔਰ ਲਾਲਚ ਦੀਏ ਗਏ। ਲੇਕਿਨ ਫਿਰ ਵੀ ਜਬ ਸਾਹਿਬਜ਼ਾਦੋ ਨੇ ਆਪਣੇ ਧਰਮ ਮੇਂ ਪੱਕੇ ਰਹਤੇ ਹੋਏ ਇਸਲਾਮ ਕਬੂਲ ਕਰਨੇ ਸੇ ਸਾਫ ਇਨਕਾਰ ਕਰ ਦਿਆ ਤੋ ਸੂਬਾਏ ਸਰਹਿੰਦ ਨਵਾਬ ਵਜ਼ੀਰ ਖਾਨ ਨੇ ਸਾਹਿਬਜ਼ਾਦੋ ਕੋ ਜ਼ਿੰਦਾ ਨੀਵੋਂ ਮੇਂ ਚੁਨਵਾ ਕਰ ਸ਼ਹੀਦ ਕਰ ਦਿਆ ਥਾ। ਸਰਹਿੰਦ ਮੇਂ ਸਥਿਤ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਆਜ ਵੀ ਜ਼ਾਲਿਮ ਮੁਗਲ ਹਕੂਮਤ ਕੇ ਅਤਿਆਚਾਰ ਔਰ ਸਾਹਿਬਜ਼ਾਦੋ ਕੀ ਬਹਾਦੁਰੀ ਕੀ ਗਾਥਾ ਬਯਾਂ ਕਰ ਰਹਾ ਹੈ। ਮਾਨਨੀਯ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸਸੇ ਪਹਿਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾ 350ਵਾਂ ਪ੍ਰਕਾਸ਼ ਪਰਵ ਵੀ ਭਾਰਤ ਵਰਸ਼ ਮੇਂ ਸ਼ਰਧਾ ਔਰ ਭਾਵਨਾ ਸੇ ਮਨਾਇਆ ਥਾ। ਯੇ ਵੀ ਪਹਿਲੀ ਬਾਰ ਹੁਆ ਹੈ ਕਿ ਦੇਸ਼ ਕੇ ਪ੍ਰਧਾਨ ਮੰਤਰੀ ਦੁਆਰਾ ਸਾਹਿਬਜ਼ਾਦੋ ਕੇ ਦਾਦਾ ਜੀ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਕਾ 400ਵਾਂ ਪ੍ਰਕਾਸ਼ ਪਰਵ ਉਸੀ ਲਾਲ ਕਿਲ੍ਹੇ ਪਰ ਮਨਾਇਆ ਗਿਆ ਜਿਸ ਲਾਲ ਕਿਲ੍ਹੇ ਸੇ ਗੁਰੂ ਜੀ ਕੀ ਸ਼ਹਾਦਤ ਕਾ ਫਰਮਾਨ ਸੁਨਾਇਆ ਗਿਆ ਥਾ। ਦੇਸ਼ ਕੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਸੇ ਭਾਰਤ ਵਾਸੀਓ ਕੋ ਬਤਾਇਆ ਥਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਤਿਲਕ, ਜਨੇਊ ਔਰ ਧਰਮ ਕੀ ਆਜ਼ਾਦੀ ਕੇ ਲੀਏ ਆਪਣੇ 3 ਸੇਵਕੋਂ ਕੇ ਸਾਥ ਦਿੱਲੀ ਕੇ ਚਾਂਦਨੀ ਚੌਕ ਮੇਂ ਬੇਮਿਸਾਲ ਕੁਰਬਾਨੀ ਦੀ ਥੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਹਮੇਸ਼ਾ ਸੇ ਹੀ ਇਸ ਬਾਤ ਕੇ ਧਾਰਕ ਰਹੇ ਹੈ ਕਿ ਸਿੱਖ ਗੁਰੂ ਸਾਹਿਬਾਨੋ ਕੀ ਬੜੀ ਕੁਰਬਾਨੀਓ ਕੀ ਜਾਣਕਾਰੀ ਹਰ ਘਰ ਤੱਕ ਪਹੁੰਚਣੀ ਚਾਹੀਏ। ਇਸੀ ਲੜੀ ਮੇਂ ਉਨ੍ਹੋਂਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਾ 550ਵਾਂ ਪ੍ਰਕਾਸ਼ ਪਰਵ ਬੜੇ ਸਤਰ ਪਰ ਮਨਾਇਆ ਥਾ। ਯੇ ਵੀ ਪਹਿਲੀ ਬਾਰ ਹੁਆ ਥਾ ਕਿ ਅਲਗ ਅਲਗ ਦੇਸ਼ੋਂ ਕੀ ਐਮਬੈਸੀਓਂ, ਸਮਸਤ ਭਾਰਤ ਕੇ ਗਵਰਨਰੋਂ, ਮੁੱਖ ਮੰਤਰੀਓਂ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਕਾ 550ਵਾਂ ਪ੍ਰਕਾਸ਼ ਪਰਵ ਮਨਾਇਆ ਗਿਆ। ਯਹੀ ਬਸ ਨਹੀਂ, ਜਿਨ ਗੁਰੂਦੁਆਰੋਂ ਕੀ ਸੇਵਾ ਸੰਭਾਲ ਔਰ ਦਰਸ਼ਨੋਂ ਕੇ ਲੀਏ ਸਿੱਖ ਕੌਮ ਰੋਜ਼ਾਨਾ ਅਰਦਾਸ ਕਰਤੀ ਥੀ, ਉਸ ਮਹਾਨ ਕਾਰਯ ਕੀ ਸੇਵਾ ਭੀ ਈਸ਼ਵਰ ਨੇ ਦੇਸ਼ ਕੇ ਪ੍ਰਧਾਨ ਮੰਤਰੀ ਸੇ ਕਰਵਾਈ, ਜਿਸ ਕੇ ਚਲਤੇ ਕਰਤਾਰਪੁਰ ਸਾਹਿਬ ਕਾ ਕੋਰੀਡੋਰ ਬਣਾ ਔਰ ਸੰਗਤੋਂ ਕੋ ਸ਼੍ਰੀ ਕਰਤਾਰਪੁਰ ਸਾਹਿਬ ਕੇ ਦਰਸ਼ਨ ਕਰਨੇ ਕਾ ਸੌਭਾਗਯ ਪ੍ਰਾਪਤ ਹੁਆ।
प्रधानमंत्री श्री नरेंद्र मोदी जी ने श्री हरमंदर साहिब में FCR की सुविधा शुरू करवाई, जिससे विदेशों में रहने वाले सिखों को अपना दसवंध श्री हरमंदर साहिब पहुंचाने में बड़ी सहूलत मिली। श्री हेमकुंट साहिब जाने वाली संगतों की सहूलत के लिए रोपवे प्रोजेक्ट का शिलान्यास किया, जिससे श्रद्धालु 3 दिनों की यात्रा कुछ ही घंटों में पूरी कर सकेंगे। 1984 के सिख कत्लेआम के पीड़ितों को इंसाफ दिलाने के लिए एक नई SIT का गठन करके दोषियों को जेल की सलाखों के पीछे पहुंचाया। 1980 के काले दौर में ब्लैक लिस्ट जारी कर जिन सिखों को देश आने से रोका गया था, उस काली सूची को खत्म करवाया। अफगानिस्तान में तालिबान का राज आने पर सिखों को मुल्क छोड़ने के लिए मजबूर होना पड़ा, तो प्रधानमंत्री जी द्वारा एयरफोर्स के हवाई जहाज भेजकर श्री गुरु ग्रंथ साहिब तथा सिखों को भारत लाया गया। प्रधानमंत्री जी, आपका धन्यवाद है कि वीर बाल दिवस के ऐतिहासिक समागम द्वारा आपने साहिबजादों की महान शहादत के गौरवमयी इतिहास की अलग अलग भाषाओं में डिजिटल प्रदर्शनी तैयार करवाकर भारत के 14,92,000 स्कूलों, पेट्रोल पंपों, मेट्रो स्टेशनों, हवाई अड्डों के साथ साथ विमेन एंड चाइल्ड वेलफेयर द्वारा जगह जगह प्रदर्शित करवाकर संसार भर के लोगों तक पहुंचाने का सराहनीय कार्य किया है। वाहे गुरु जी, वाहे गुरु, दम दम सदा समाल दम। पर पूरी आनंद दे वासी आवे, तेरे चेहरे ते चौगुना नूर दिसे, लुटी गई तेरी सारी पातशाही, पर हृदय सरूर भरपूर दिसे, आवे समझ ना कलगियां वाले आवे, तेरा अजब ही कोई दस्तूर दिसे। गुरु महाराज जी ने यह उत्तर दिता, अखां खोल के वेखता भोले आवे, मेरे जिहा अज कौन निहाल होवे, जिसदा वतन तो बंस कुर्बान होवे, समझो उस ते साईं कृपाल होए, बेटे सफल होए आउना सफल होया, अज निहाल मेरा बाल बाल होवे, पावे जिंदगी भी मेरी लगे लेखे, ऐ पर वतन आजाद खुशहाल होवे। जदों देश गुलामी दे विच बद्दा, रोवे हावियां दे नाले वैन पावे, उदों महल ते माड़ियां कौन चावे, सेजा सोनिया ते किदां चैन आवे, अज वसदा दिसदा देश सारा, मैं भी वसिया महल उसार इत्थे, ਇਹ ਉਜੜੇ ਮਹਿਲ ਤੇ ਮਾੜੀਆਂ ਨੇ ਖਿੜੇ ਦਿਸਦੇ ਅੰਬ ਅਨਾਰ ਇੱਥੇ, ਕੰਡੇ ਨਹੀਂ ਇਹ ਵਿੱਚੀ ਹੈ ਸੇਜ ਮਖਮਲ, ਕੰਡੇ ਨਹੀਂ ਇਹ ਵਿੱਚੀ ਹੈ ਸੇਜ ਮਖਮਲ, ਮੇਰਾ ਲੱਗਿਆ ਅੱਜ ਦਰਬਾਰ ਇੱਥੇ, ਹੋਇਆ ਕੀ ਜੇ ਬੇਟੇ ਕੁਰਬਾਨ ਹੋਏ, ਮੈਨੂੰ ਦਿਸਦੇ ਲੱਖ ਹਜ਼ਾਰ ਇੱਥੇ, ਮੈਨੂੰ ਦਿਸਦੇ ਲੱਖ ਹਜ਼ਾਰ ਇੱਥੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਆਪਣਾ ਸਰਬੰਸ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਹੈ, ਆਪਣੇ ਪੁੱਤਰਾਂ ਦੀ ਥਾਂ ਸਾਨੂੰ ਦਿੱਤੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਇਨ ਪੁੱਤਰਨ ਕੇ ਸ਼ੀਸ਼ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ, ਜਬ ਜੀਵਤ ਕਈ ਹਜ਼ਾਰ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਰਾਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਆਪਾਂ ਅੱਜ ਦਾ ਫਿਰ ਸ਼ੁਰੂ ਕਰਦੇ ਹਾਂ ਮੀਟਿੰਗ। ਮੈਮ, ਅੱਜ ਦਾ ਆਪਣਾ ਜੋ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਵੀਰ ਬਾਲ ਦਿਵਸ ਅਸੀਂ ਮਨਾ ਰਹੇ ਹਾਂ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ, ਅਤੇ ਮੈਂ ਦਵਿੰਦਰ ਮੈਮ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਜਿਹੜਾ ਅੱਜ ਦਾ ਵੈਬੀਨਾਰ ਹੈ ਉਹ ਅੱਗੇ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਨਾ ਤਾਂ ਕੋਈ ਅੱਜ ਤੱਕ ਕਲਮ ਬਣੀ ਹੈ ਜਿਹੜੀ ਉਹਨਾਂ ਦੇ ਲਈ ਲਿਖ ਸਕੇ, ਨਾ ਹੀ ਕੋਈ ਐਸੀ ਜ਼ੁਬਾਨ ਬਣੀ ਹੈ ਉਹ ਉਹਨਾਂ ਦੇ ਬਾਰੇ ਬਿਆਨ ਕਰ ਸਕੇ। ਪਰ ਫਿਰ ਵੀ ਥੋੜਾ ਜਿਹਾ ਇੱਕ ਅਸੀਂ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿਹੜੇ ਅੱਗੇ ਆਉਣ ਵਾਲੀ ਪੀੜ੍ਹੀਆਂ, ਸਾਡੇ ਬੱਚੇ, ਇਹ ਸਾਰੀ ਇਸ ਚੀਜ਼ ਤੋਂ ਜਾਣੂ ਹੋ ਸਕਣ, ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੁਹਾਨੂੰ ਆਪਣੇ ਪੁੱਤਰ ਬਣਾਇਆ ਹੈ। ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਆਪਣੇ ਪਿਤਾ ਦੇ ਲਈ ਇੰਨਾ ਮਾਣ ਅਤੇ ਸਤਿਕਾਰ ਜੋ ਸਾਨੂੰ ਉਹਨਾਂ ਨੇ ਦਿੱਤਾ ਹੈ, ਸਮਾਜ ਦੇ ਵਿੱਚ ਸਿਰ ਚੁੱਕ ਕੇ ਜਿਹੜਾ ਸਿਖਾਇਆ ਹੈ, ਇਹ ਆਜ਼ਾਦੀ ਜੋ ਅਸੀਂ ਮਾਣ ਰਹੇ ਹਾਂ, ਉਹ ਸਾਰੀ ਸਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦੇਣ ਹੈ। ਉਹਨਾਂ ਨੇ ਇਹਨਾਂ ਸਾਰੇ ਬੰਧਨ, ਜੋ ਵੀ ਕੋਈ ਬੰਧਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਸਾਡੇ ਸਾਰਿਆਂ ਦੇ ਵਿੱਚ ਨੇ, ਇਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇੱਕ ਖਾਲਸਾ ਪੰਥ ਸਾਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਪਿਤਾ ਜੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਕ ਵੱਲ ਭੇਜਿਆ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਲਵਾਰ ਨੂੰ ਸਿਰਫ ਸਿਰ ਦੇ ਆਤਮ ਸੁਰੱਖਿਆ ਦੇ ਤੌਰ ਤੇ ਵੀ ਯੂਜ਼ ਕਰਨ ਲਈ ਕਿਹਾ। ਤੋ ਉਸ ਆਤਮ ਸੁਰੱਖਿਆ ਦੇ ਲਈ ਅਤੇ ਦੂਸਰੇ ਦੀ ਸੁਰੱਖਿਆ ਦੇ ਲਈ ਉਹਨਾਂ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ, ਔਰ ਇਹ ਵੀ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ਼ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਅਸੀਂ ਸਾਰੇ ਜਾਣੂ ਹਾਂ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਖਾਲਸਾ ਸਾਜਿਆ ਉਹ ਤਲਵਾਰ ਦੀ ਤੇਗ ਦੀ ਧਾਰ ਦੇ ਵਿੱਚੋਂ ਪ੍ਰਗਟ ਕੀਤਾ। ਉਹਨਾਂ ਨੇ ਜੋ ਖਾਲਸਾ ਸਾਜਿਆ ਉਸ ਖਾਲਸੇ ਤੋਂ ਆਪ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਵੀ ਸਿੰਘ ਦਾ, ਕਿਉਂਕਿ ਪਹਿਲਾਂ ਗੁਰੂ ਮਹਾਰਾਜ ਜੀ ਗੋਬਿੰਦ ਰਾਏ ਜੀ ਦੇ ਨਾਮ ਤੋਂ ਪ੍ਰਸਿੱਧ ਸੀ, ਤੇ ਜਦੋਂ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤਲਵਾਰ ਦੀ ਧਾਰ ਵਾਲਾ, ਤੇ ਉਸੇ ਅੰਮ੍ਰਿਤ ਵਿੱਚੋਂ ਆਪ ਅੰਮ੍ਰਿਤ ਛੱਕ ਕੇ ਸਿੰਘ ਸਜੇ, ਔਰ ਉਹਨਾਂ ਨੇ ਇਹੀ ਗੱਲ ਕਹੀ ਸੀ, ਵਾਹ ਪ੍ਰਗਟਿਓ ਮਰਦ ਅਗੰਬੜਾ, ਬਾਬਾ ਨੰਦ ਸਿੰਘ ਜੀ ਲਿਖ ਕੇ ਗਏ ਨੇ, ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰੂ ਵੀ ਅਤੇ ਚੇਲਾ ਵੀ ਦੋਨੋਂ, ਯਾਨੀ ਕਿ ਉਹਨਾਂ ਨੇ ਆਪਣੇ ਆਪ ਦੇ ਰੂਪ ਵਿੱਚ ਰੂਪ ਅਖਤਿਆਰ ਕੀਤੇ, ਤੇ ਉਹਨਾਂ ਨੇ ਖਾਲਸੇ ਨੂੰ ਇੰਨਾ ਤਾਕਤਵਰ ਬਣਾਤਾ। ਇਹੀ ਗੱਲ ਕਹੀ ਕਿ ਜੋ ਅਸੀਂ ਅੱਜ ਕਹਿੰਦੇ ਹਾਂ ਜਿਹੜਾ ਸਮਾਜ ਦੀਆਂ ਕੁਚਲੀਆਂ ਹੋਈਆਂ ਜਾਤਾਂ,
ਉਹਨਾਂ ਸਾਰਿਆਂ ਦੇ ਵਿੱਚੋਂ, ਚਾਰੋਂ ਫਿਰਕਿਆਂ ਦੇ ਵਿੱਚੋਂ, ਚਾਰੋਂ ਦਿਸ਼ਾਵਾਂ ਦੇ ਵਿੱਚੋਂ ਜਿਹੜੇ ਪੰਜ ਪਿਆਰੇ ਜਿਹੜੇ ਉਹ ਸਾਜੇ, ਔਰ ਉਹਨਾਂ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਇਆ ਸੀਗਾ ਉਹ ਯਾਨੀ ਕਿ ਜੱਟ ਹਿੰਦੂ ਜੱਟ ਔਰ ਆਪਣਾ ਚਮਾਰ ਔਰ ਹਰ ਇੱਕ ਜਾਤ ਦਾ ਉਹਨਾਂ ਨੇ ਯਾਨੀ ਕਿ ਉਸਦੇ ਵਿੱਚੋਂ ਲਿਆ ਕੇ ਉਹਨਾਂ ਨੇ ਪੰਜਾਂ ਜਾਤਾਂ ਨੂੰ ਇੱਕ ਕਰਤਾ, ਚਾਰੋਂ ਜਾਤਾਂ ਨੂੰ, ਔਰ ਇੱਕ ਖਾਲਸਾ ਐਸਾ ਸਾਜਾ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਆਪਣੇ ਨਾਮ ਦੇ ਨਾਲ ਸਿਰਫ ਸਿੰਘ ਅਤੇ ਕੌਰ ਲਗਾਉਣਾ ਹੈ, ਔਰ ਇਸ ਤੋਂ ਇਲਾਵਾ ਜਿਹੜਾ ਕੋਈ ਇਸ ਚੀਜ਼ ਤੋਂ ਵਿਪਰੀਤ ਹੋ ਕੇ ਚੱਲੇਗਾ, ਜਿਹੜਾ ਕੋਈ ਖਾਲਸੇ ਦੇ ਅਸੂਲਾਂ ਨੂੰ ਨਹੀਂ ਮੰਨੇਗਾ, ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ, ਔਰ ਜਿਹੜਾ ਜਬਰ ਜ਼ੁਲਮ ਕਰੇਗਾ ਔਰ ਜਿਸਦੇ ਉੱਤੇ ਜ਼ੁਲਮ ਹੋ ਰਿਹਾ ਉਸ ਦੀ ਸਹਾਇਤਾ ਨਹੀਂ ਕਰੇਗਾ, ਉਹ ਖਾਲਸਾ ਦਾ ਰੂਪ ਨਹੀਂ ਹੈ, ਔਰ ਜਬ ਲਗ ਖਾਲਸਾ ਰਹੇ ਨਿਆਰਾ, ਨਿਆਰਾ ਰਹੇਗਾ ਯਾਨੀ ਕਿ ਉਸਦੇ ਕੋਲ ਇਹ ਦੂਸਰੇ ਦੇ ਹਿੱਤ ਦੇ ਲਈ, ਦੂਸਰੇ ਦੀ ਰਕਸ਼ਾ ਦੇ ਲਈ ਆਪਣੇ ਆਪ ਨੂੰ ਸਮਰਪਣ ਕਰਨ ਦੀ ਭਾਵਨਾ ਰਹੇਗੀ, ਆਪਣੇ ਆਪ ਨੂੰ ਉਹ ਅਕਾਲ ਪੁਰਖ ਦੇ ਵਿੱਚ ਸੰਮਿਲਿਤ ਸਮਝੇਗਾ ਔਰ ਆਪਣੇ ਆਪ ਦਾ ਹਿੱਤ ਨਹੀਂ ਦੇਖੇਗਾ, ਤਬ ਲਗ ਯਾਨੀ ਕਿ ਪਰਮਾ ਗੁਰੂ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਨਾਲ ਨਾਲ ਜਦ ਇਹ ਗਏ ਵਿਪ੍ਰਿਣ ਕਿਰੀਤ, ਜਦੋਂ ਇਹ ਆਪਣੇ ਸਵਾਰਥ ਤੇ ਆ ਜਾਏਗਾ ਔਰ ਆਪਣੇ ਲਈ ਦੂਸਰਿਆਂ ਦੇ ਘਰ ਲੁੱਟਣ ਲੱਗ ਜਾਏਗਾ, ਤੇ ਮੈਂ ਇਹਦੀ ਕੋਈ ਪ੍ਰਤੀਤ ਨਹੀਂ ਕਰਦਾ, ਮੈਂ ਇਸ ਨੂੰ ਪਛਾਣਦਾ ਨਹੀਂ, ਫਿਰ ਬਾਹਰੀ ਆਵਰਣ ਜੋ ਮਰਜ਼ੀ ਹੋਵੇ। ਤਾਂ ਗੁਰੂ ਮਹਾਰਾਜ ਜੀ ਨੇ ਖਾਲਸਾ ਦਾ ਇਹ ਰੂਪ ਉਹਨਾਂ ਨੇ ਦੱਸਿਆ, ਔਰ ਬਾਬਾ ਨੰਦ ਸਿੰਘ ਜੀ ਇਹ ਵੀ ਲਿਖ ਕੇ ਨੇ ਗੁਰੂ ਮਹਾਰਾਜ ਜੀ ਬਾਰੇ, ਕਹਿੰਦੇ ਉਹ ਗੁਰੂ ਗੋਬਿੰਦ ਧਿਆਈ ਹੈ ਸਦ ਅੰਮ੍ਰਿਤ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤ ਸੰਗਤ ਮੇਲਾਪ ਕਰ ਪੰਚ ਦੁਸ਼ਟ ਸੰਘਾਰੇ, ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਿਸਾਰੇ, ਗੁਰਸਿੱਖਾਂ ਮੱਥੇ ਉਚਲੇ ਸੱਚੇ ਦਰਬਾਰੇ, ਉਹ ਗੁਰੂ ਗੋਬਿੰਦ ਧਿਆਈ ਹੈ ਸਦ ਅੰਮ੍ਰਿਤ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਮਹਾਰਾਜ ਜੀ ਇਹ ਗੱਲ ਕਹਿ ਕੇ ਗਏ ਕਿ ਜਦੋਂ ਤੁਸੀਂ ਮੇਰਾ ਰੂਪ ਕਿੱਥੇ ਵੀ ਦੇਖਣਾ ਹੈ ਤਾਂ ਖਾਲਸਾ ਦੇ ਵਿੱਚ, ਪੰਜ ਸਿੰਘਾਂ ਦੇ ਵਿੱਚ, ਪੰਜ ਪਿਆਰਿਆਂ ਦੇ ਵਿੱਚ ਦੇਖੋ, ਔਰ ਉਹ ਸਾਰਾ ਕੁਛ ਮੇਰੀ ਸੰਗਤ ਦੇ ਵਿੱਚ ਪ੍ਰਗਟ ਹੋਏਗਾ, ਜੋ ਕਿ ਸੰਗਤ ਰੂਪ ਦੇ ਵਿੱਚ ਆ ਕੇ, ਸੰਗਤ ਜਿਹੜੀ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਗੁਰਦੁਆਰੇ ਦੇ ਵਿੱਚ ਜਾਂਦੇ ਹਾਂ ਜਾਂ ਕਿਤੇ ਵੀ ਅਸੀਂ ਨਾਮ ਸਿਮਰਨ ਕਰ ਰਹੇ ਹਾਂ, ਅੱਜ ਅਸੀਂ ਇੱਥੇ ਸਾਰੇ ਰਲ ਮਿਲ ਕੇ ਬੈਠੇ ਹਾਂ, ਇਹ ਵੀ ਇੱਕ ਸੰਗਤ ਹੈ, ਇਸ ਸੰਗਤ ਦੇ ਵਿੱਚ ਉਸ ਪਰਮਾਤਮਾ ਦਾ ਰੂਪ ਅਸੀਂ ਕਿਸੇ ਵੀ ਰੂਪ ਵਿੱਚ ਧਿਆ ਸਕਦੇ ਹਾਂ, ਉਸਨੂੰ ਅਸੀਂ ਉਸਨੂੰ ਦੇਖ ਸਕਦੇ ਹਾਂ। ਔਰ ਗੁਰੂ ਮਹਾਰਾਜ ਜੀ ਨੇ ਗੱਲ ਕਹੀ ਸੀ ਕਿ ਹਿੰਦੂ ਤੁਰਕ ਦੋ ਪੂਜਾ ਔਰ ਨਿਵਾਜ ਉਹ, ਯਾਨੀ ਕਿ ਅਸੀਂ ਸਾਡੇ ਸਮਾਜ ਦੇ ਵਿੱਚ ਪਹਿਲਾਂ ਧਰਮ ਦੋ ਸੀਗੇ, ਹਿੰਦੂ ਅਤੇ ਮੁਸਲਿਮ, ਹਿੰਦੂ ਤੁਰਕ ਦੋ ਪੂਜਾ ਔਰ ਨਿਵਾਜ ਉਹ, ਪੂਜਾ ਵੀ ਉਹੀ ਹੈ ਨਿਵਾਜ ਵੀ ਉਹੀ ਹੈ, ਦੂਸਰੋ ਨਾ ਭੇਦ ਕੋਈ ਭੁੱਲ ਭਰਮ, ਇਸ ਤੋਂ ਇਲਾਵਾ ਸਾਡੇ ਵਿੱਚ ਕੋਈ ਹੋਰ ਭੇਦ ਨਹੀਂ, ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨ ਦੋ, ਮਾਨਸ ਕੀ ਸਾਰੀ ਜਾਤ ਜਿੰਨੇ ਵੀ ਉਹ ਸਾਰੇ ਇੱਕ ਅਕਾਲ ਪੁਰਖ, ਇੱਕ ਪਰਮਾਤਮਾ, ਜਿਸ ਨੂੰ ਅਸੀਂ ਰਾਮ ਵੀ ਕਹਿ ਸਕਦੇ ਹਾਂ, ਜਿਸ ਨੂੰ ਅਸੀਂ ਕ੍ਰਿਸ਼ਨ ਅੱਲਾ ਜੋ ਮਰਜ਼ੀ ਅਸੀਂ ਉਸ ਨਾਮ ਦਈਏ, ਉਹ ਉਹਨਾਂ ਸਾਰਿਆਂ ਦਾ ਮਾਲਕ ਇੱਕ ਹੈ, ਉਹਨਾਂ ਸਾਰਿਆਂ ਦਾ ਪਾਲਣਹਾਰ ਇੱਕ ਹੈ। ਜਦੋਂ ਇਸ ਚੀਜ਼ ਦੇ ਉੱਤੇ ਉਹਨਾਂ ਨੇ ਮੈਸੇਜ ਵੀ ਦਿੱਤੇ ਔਰ ਇਸ ਚੀਜ਼ ਦੇ ਵਿੱਚ ਇਸ ਦੀ ਸੁਰੱਖਿਆ ਦੇ ਲਈ ਯਾਨੀ ਕਿ ਉਹਨਾਂ ਨੇ ਇੱਕ ਐਸੀ ਆਵਾਜ਼ ਬੁਲੰਦ ਕੀਤੀ, ਉਹ ਪਿਤਾ ਜੀ ਸ਼ਹੀਦ ਹੋ ਗਏ ਔਰ ਉਹਨਾਂ ਨੇ ਆਪਣਾ ਆਪਾ ਵੀ ਵਾਰਿਆ, ਆਪਣੇ ਪੁੱਤਰ ਦੋਨੇ ਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਦੋਨਾਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਬਾਬਾ ਅਜੀਤ ਸਿੰਘ ਨੂੰ 392 ਤੀਰ ਲੱਗੇ ਸੀ, ਚਾਰੋਂ ਤਰਫ ਤੋਂ ਘੇਰਾ ਪੈ ਗਿਆ, ਔਰ ਬਾਬਾ ਅਜੀਤ ਸਿੰਘ ਜੀ ਜੋ ਹੈ ਇੰਨੇ ਬਹਾਦਰੀ ਦੇ ਨਾਲ ਲੜੇ, ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਵੀ ਗਏ, ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੋਨੋਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਔਰ
ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਗਏ ਸੀ ਸਰਸਾ ਨਦੀ ਪਾਰ ਕਰਦੇ ਹੋਏ। ਇਹ ਪਹਿਲਾਂ ਇੱਕ ਕਮਾਲ ਦੀ ਪਾਸ਼ਕੀ ਦੇ ਘਰ ਮਾਸ਼ਕੀ ਦੇ ਘਰ ਰਹੇ, ਉਸ ਤੋਂ ਬਾਅਦ ਗੰਗੂ ਬ੍ਰਾਹਮਣ ਰਸੋਈਆ ਜਿਸ ਦੇ ਘਰ ਉਹ ਰਹੇ, ਉਸ ਤੋਂ ਬਾਅਦ ਇਹਨਾਂ ਦੀ ਯਾਨੀ ਕਿ ਖਬਰ ਮਿਲਣ ਤੇ ਇਹਨਾਂ ਨੂੰ ਕੈਦ ਕਰ ਲਿਆ ਗਿਆ। ਫਿਰ ਇਹ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਰਹੇ, ਜਿੱਥੇ ਕਿ ਬਹੁਤ ਜ਼ਿਆਦਾ ਠੰਡ, ਅੱਜ ਕੱਲ੍ਹ ਦੀ ਅਸੀਂ ਠੰਡ ਦੇਖ ਰਹੇ ਹਾਂ, ਅਸੀਂ ਇਸ ਠੰਡ ਨੂੰ ਯਾਨੀ ਕਿ ਮਹਿਸੂਸ ਕਰ ਰਹੇ ਹਾਂ ਕਿ ਇੱਥੇ ਅਸੀਂ ਨਹੀਂ, ਯਾਨੀ ਕਿ ਅੱਜ ਕੱਲ੍ਹ ਅਸੀਂ ਰਜਾਈ ਦੇ ਵਿੱਚ ਬੈਠੇ ਹਾਂ, ਅਸੀਂ ਆਪਣੇ ਕਮਰਿਆਂ ਦੇ ਵਿੱਚ ਹੀਟਰ ਲਾ ਰੱਖੇ ਨੇ, ਠੀਕ ਹੈ। ਔਰ ਇਹ ਸਾਰੇ ਦੇ ਸਾਰੇ ਅਸੀਂ ਮੁਗਲਾਂ ਦਾ ਆਕਰਮਣ ਹੋਇਆ, ਗੁਰੂ ਮਹਾਰਾਜ ਜੀ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ, ਕਿਲ੍ਹਾ ਛੱਡਣ ਤੋਂ ਬਾਅਦ ਫਿਰ ਯਾਨੀ ਕਿ ਉਹ ਸਰਸਾ ਨਦੀ ਜਦ ਪਾਰ ਕੀਤੀ, ਫਿਰ ਪਰਿਵਾਰ ਵਿਛੋੜਾ ਹੋਇਆ, ਔਰ ਉਸ ਪਰਿਵਾਰ ਵਿਛੋੜੇ ਦੇ ਵਿੱਚ ਯਾਨੀ ਕਿ ਜਿਹੜੇ ਮਾਤਾ ਅਤੇ ਦੋ ਸਾਹਿਬਜ਼ਾਦੇ ਅਲੱਗ ਹੋ ਗਏ ਸੀ। ਔਰ ਇਹ ਜਦੋਂ ਯਾਨੀ ਕਿ ਠੰਡੇ ਬੁਰਜ ਦੇ ਵਿੱਚ ਕੁੰਮਾ ਮਾਸ਼ਕੀ ਜੀ ਦੀ ਕੁਟੀਆ ਦੇ ਵਿੱਚ ਇਹਨਾਂ ਨੇ ਪਹਿਲਾਂ ਇੱਕ ਰਾਤ, ਮੈਂ ਨਾਮ ਭੁੱਲ ਗਈ ਸੀ, ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਪਹਿਲੀ ਰਾਤ ਕੁੰਮਾ ਮਾਸ਼ਕੀ ਜੀ ਦੀ ਕੁਟੀਆ ਦੇ ਵਿੱਚ ਬਿਤਾਈ। ਔਰ ਉਸ ਤੋਂ ਬਾਅਦ ਜਿਹੜੀ ਅਗਲੀ ਰਾਤ ਹੈ ਉਹ ਗੰਗੂ ਰਸੋਈਆ ਜਿਹੜਾ ਗੁਰੂ ਮਹਾਰਾਜ ਜੀ ਦੇ ਘਰੇ ਖਾਣਾ ਬਣਾਉਣ ਦਾ ਕੰਮ ਕਰਦਾ ਸੀ, ਗੰਗੂ ਰਸੋਈਆ ਉਸਦੇ ਘਰੇ ਲੈ ਕੇ ਗਏ। ਫਿਰ ਉਸ ਰਸੋਈਏ ਦੇ ਮਨ ਦੇ ਵਿੱਚ ਪਾਪ ਆ ਗਿਆ ਤੇ ਉਸਨੇ ਕੁਛ ਇੱਕ ਯਾਨੀ ਕਿ ਗੁਰੂ ਮਹਾਰਾਜ ਜੀ ਦੇ ਥੋੜੇ ਬਹੁਤ ਯਾਨੀ ਕਿ ਮਾਤਾ ਜੀ ਕੋਲ ਜਿਹੜੇ ਪੈਸੇ ਸੀਗੇ ਉਹ ਵੀ ਉਸਨੇ ਉਹਨਾਂ ਦੇ ਘਰੇ ਚੋਰੀ ਕਰ ਲਏ, ਔਰ ਉਸ ਤੋਂ ਬਾਅਦ ਉਸੇ ਨੇ ਯਾਨੀ ਕਿ ਗੁਰੂ ਮਹਾਰਾਜ ਜੀ ਦੀ ਬੱਚਿਆਂ ਦੀ ਖਬਰ ਜਿਹੜੀ ਹੈ ਉਹ ਸੂਬਾ ਸਰਹੰਦ ਨੂੰ ਦੇ ਦਿੱਤੀ। ਸੂਬਾ ਸਰਹੰਦ ਨੇ ਫਿਰ ਫਤਵਾ ਜਾਰੀ ਕਰ ਦਿੱਤਾ, ਔਰ ਉਸ ਤੋਂ ਬਾਅਦ ਯਾਨੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਯਾਨੀ ਕਿ ਕਹਿ ਲਓ ਮਾਤਾ ਗੁਜਰੀ ਸਮੇਤ ਉਹਨਾਂ ਨੇ ਕੈਦ ਕਰ ਲਿਆ, ਔਰ ਉਹਨਾਂ ਨੂੰ ਫਿਰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਉਸ ਠੰਡੇ ਬੁਰਜ ਦੇ ਵਿੱਚ ਕੋਈ ਖਿੜਕੀ ਦਰਵਾਜ਼ਾ ਕੁਛ ਨਹੀਂ ਸੀ, ਔਰ ਉੱਥੇ ਯਾਨੀ ਕਿ ਠੰਡੇ ਬੁਰਜ ਦੇ ਵਿੱਚ ਚਾਰੋਂ ਪਾਸਿਓਂ ਹਵਾ ਫੈਲਦੀ ਸੀਗੀ, ਔਰ ਉਸ ਥਾਂ ਤੇ ਉਹਨਾਂ ਨੂੰ ਇੰਨੀ ਠੰਡ ਵਿੱਚ ਰੱਖਿਆ ਗਿਆ। ਉਸ ਟਾਈਮ ਦੇ ਵਿੱਚ ਇੱਕ ਯਾਨੀ ਕਿ ਕਹਿ ਲਓ ਉਹ ਸੀਗੇ, ਉਹਨਾਂ ਨੇ ਯਾਨੀ ਕਿ ਜਿਵੇਂ ਕੀ ਨਾਮ ਉਹਨਾਂ ਦਾ, ਮੇਰੇ ਫਿਰ ਨਹੀਂ ਨਾਮ ਯਾਦ ਆ ਰਿਹਾ, ਤੇ ਹਾਂ ਤੇ ਉਹਨਾਂ ਨੇ ਯਾਨੀ ਕਿ ਦੁੱਧ ਛਕਾਉਣ ਦਾ ਕੰਮ ਕੀਤਾ, ਦੁੱਧ ਛਕਾਇਆ। ਤੇਜਿੰਦਰ ਮੈਮ ਤੁਹਾਡਾ ਨਾਮ ਯਾਦ ਆ ਰਿਹਾ ਤੁਹਾਨੂੰ, ਉਹਨਾਂ ਦਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਸੀਗਾ, ਮੋਤੀ ਮਹਿਰਾ ਜੀ ਨੇ ਯਾਨੀ ਕਿ ਦੁੱਧ ਛਕਾਉਣ ਦਾ ਕੰਮ ਕੀਤਾ। ਉਹ ਆਉਂਦੇ ਸੀਗੇ, ਉਹ ਜਿਹੜੇ ਸੇਵਾਦਾਰ ਹੁੰਦੇ ਸੀਗੇ ਉਹਨਾਂ ਸੇਵਾਦਾਰ ਨੂੰ ਮਾੜਾ ਮੋਟਾ ਯਾਨੀ ਕਿ ਰੁਪਈਆ ਪੈਸਾ ਜਾ ਦੇ ਕੇ, ਇੱਕ ਸੋਨੇ ਦਾ ਚਾਂਦੀ ਦਾ ਸਿੱਕਾ ਦੇ ਕੇ ਅੰਦਰ ਪ੍ਰਵੇਸ਼ ਕਰ ਜਾਂਦੇ ਸੀ, ਔਰ ਚੋਰੀ ਛਿਪੇ ਉਹ ਦੁੱਧ ਪਿਆ ਕੇ ਸਾਹਿਬਜ਼ਾਦੇ ਨੂੰ ਬਾਹਰ ਆ ਜਾਂਦੇ ਸੀਗੇ। ਔਰ ਉਹਨਾਂ ਨੇ ਜਿੰਨੇ ਦਿਨ ਯਾਨੀ ਕਿ ਸਾਹਿਬਜ਼ਾਦੇ ਠੰਡੇ ਬੁਰਜ ਰਹੇ, ਦੋ ਤਿੰਨ ਦਿਨ, ਉਹਨਾਂ ਦਿਨ ਉਹਨਾਂ ਨੇ ਯਾਨੀ ਕਿ ਦੁੱਧ ਪਿਆਉਣ ਦੀ ਸੇਵਾ ਦਾ ਕੰਮ ਕੀਤਾ। ਫਿਰ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਪੈਰ ਜਿਹੜੇ ਹੈ ਉਹ ਵਧਾਏ ਕਿ ਅਸੀਂ ਕਿਸੇ ਦੇ ਅੱਗੇ ਆਪਣਾ ਸ਼ੀਸ਼ ਨਹੀਂ ਝੁਕਾਵਾਂਗੇ, ਕਿਸੇ ਜ਼ੁਰਮੀ ਦੇ ਅੱਗੇ ਨਹੀਂ ਝੁਕਾਵਾਂਗੇ, ਇਹ ਸ਼ੀਸ਼ ਸਿਰਫ ਅਕਾਲ ਪੁਰਖ ਦੀ ਦੇ ਅੱਗੇ ਨਮਨ ਹੋਏਗਾ, ਸਿਰਫ ਅਕਾਲ ਪੁਰਖ ਤੇ ਉਸਦਾ ਨਾਮ ਲੈਣ ਵਾਲਿਆਂ ਦੇ ਅੱਗੇ ਸ਼ੀਸ਼ ਝੁਕਦਾ। ਤੇ ਉੱਥੇ ਉਹਨਾਂ ਨੇ ਜਾ ਕੇ ਬੋਲੇ, ਸੋਨਿਹਾਲ, ਸਤਿ ਸ਼੍ਰੀ ਅਕਾਲ, ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰੇ ਬੁਲਾਏ। ਉਹਨਾਂ ਨੂੰ ਬਾਰ ਬਾਰ ਯਾਨੀ ਕਿ ਸੂਬਾ ਸਰਹੰਦ ਨੇ ਪ੍ਰਤਾੜਿਤ ਕੀਤਾ ਕਿ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਓ, ਪਰ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਇੰਨੇ ਹੌਸਲਾ ਬੁਲੰਦ ਸੀਗੇ ਕਿ ਉਹਨਾਂ ਨੇ ਧਰਮ ਪਰਿਵਰਤਨ ਤੋਂ ਇਨਕਾਰ ਕਰ ਦਿੱਤਾ। ਉਸ ਟਾਈਮ ਯਾਨੀ ਕਿ ਜਿਹੜਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਜਿਹੜਾ ਸੀ ਉਹ ਉੱਥੇ ਸੀ,
ਔਰ ਉਸਨੇ ਯਾਨੀ ਕਿ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਕਿ ਇਹਨਾਂ ਨੂੰ ਦੀਵਾਰ ਚ ਚਿਣਵਾ ਦਿੱਤਾ ਜਾਏਗਾ, ਕਿਉਂਕਿ ਇਹ ਜਿਹੜੇ ਹੈ ਇਹ ਗੁਰੂ ਮਹਾਰਾਜ ਜੀ ਦੇ ਬੱਚੇ ਨੇ ਤੇ ਉਹਨਾਂ ਨੇ ਵੀ ਯਾਨੀ ਕਿ ਉਹਨਾਂ ਵਰਗੇ ਹੀ ਤਾਕਤਵਰ ਨੇ ਔਰ ਇਹਨਾਂ ਨੇ ਯਾਨੀ ਕਿ ਸਾਨੂੰ ਸਾਰਿਆਂ ਨੂੰ ਰੋਕ ਕੇ ਰੱਖਣਾ, ਇਸ ਲਈ ਇਹਨਾਂ ਨੂੰ ਬਚਪਨ ਦੇ ਵਿੱਚ ਹੀ ਸ਼ਹੀਦ ਕੀਤਾ ਜਾਵੇ। ਉਸ ਟਾਈਮ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਵਾਜ਼ ਉਠਾਈ ਸੀ ਕਿ ਇਹ ਕੁਫਰ ਤੁਸੀਂ ਨਾ ਤੋਲੋ, ਇਹ ਬੱਚੇ ਨੇ ਔਰ ਪਿਤਾ ਦਾ ਬੱਚਿਆਂ ਦੇ ਨਾਲ ਬਦਲਾ ਲੈਣਾ, ਯਾਨੀ ਕਿ ਜੋ ਪਿਤਾ ਨੇ ਕੀਤਾ ਹੈ ਉਸਦਾ ਬਦਲਾ ਬੱਚਿਆਂ ਨਾਲ ਨਹੀਂ ਲੈਣਾ, ਤੁਸੀਂ ਇਹਨਾਂ ਨੂੰ ਛੱਡ ਦਿਓ। ਔਰ ਜੋ ਸੂਬਾ ਸਰਹੰਦ ਸੀ ਉਸਨੇ ਇਸ ਗੱਲ ਨੂੰ ਨਹੀਂ ਮੰਨਿਆ ਤਾਂ ਮਲੇਰਕੋਟਲੇ ਦਾ ਨਵਾਬ ਉਸ ਚੀਜ਼ ਨੂੰ ਛੱਡ ਕੇ ਚਲਾ ਗਿਆ। ਅੱਜ ਮਲੇਰਕੋਟਲੇ ਦੇ ਵਿੱਚ ਇਸੇ ਦੇ ਨਾਂ ਤੇ ਯਾਨੀ ਕਿ ਗੁਰੂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਖਸ਼ਿਸ਼ ਦਿੱਤੀ ਹੈ ਮਲੇਰਕੋਟਲਾ ਨੂੰ, ਉੱਥੇ ਹਾ ਦਾ ਨਾਰਾ ਗੁਰਦੁਆਰਾ ਵੀ ਹੈ ਕਿਉਂਕਿ ਉਸਨੇ ਇਹ ਹਾ ਦਾ ਨਾਰਾ ਮਾਰਿਆ ਸੀ। ਉਸ ਤੋਂ ਬਾਅਦ ਠੰਡੇ ਬੁਰਜ ਦੇ ਵਿੱਚ ਯਾਨੀ ਕਿ ਪਹਿਲਾਂ ਵੀ ਦੱਸਿਆ ਕਿ ਭਾਈ ਮੋਤੀ ਮਹਿਰਾ ਜੀ ਨੇ ਯਾਨੀ ਕਿ ਉੱਥੇ ਦੁੱਧ ਪਿਆਉਣ ਦਾ ਕੰਮ ਬੱਚਿਆਂ ਨੂੰ ਕੀਤਾ। ਫਿਰ ਯਾਨੀ ਕਿ ਅਗਲੇ ਦਿਨ ਫਿਰ ਇਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਔਰ ਦੁਬਾਰਾ ਕਿਹਾ ਵੀ ਤੁਸੀਂ ਧਰਮ ਪਰਿਵਰਤਨ ਕਰ ਲਓ, ਪਰ ਸਾਹਿਬਜ਼ਾਦੇ ਜਰਾ ਨਾ ਡੋਲੇ। ਔਰ ਉਹਨਾਂ ਨੇ ਇਹੀ ਗੱਲ ਕਹੀ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਪੁੱਤਰ ਹਾਂ, ਅਸੀਂ ਬਿਲਕੁਲ ਵੀ ਧਰਮ ਪਰਿਵਰਤਨ ਨਹੀਂ ਕਰਾਂਗੇ। ਤੇ ਫਿਰ ਉਹਨਾਂ ਨੂੰ ਯਾਨੀ ਕਿ ਦੀਵਾਰ ਵਿੱਚ ਜਿੰਦਾ ਚਿਨਵਾਉਣ ਦਾ ਫਤਵਾ ਜਾਰੀ ਕਰ ਦਿੱਤਾ। ਔਰ ਜਿਵੇਂ ਹੀ ਫਤਵਾ ਸੁਣਿਆ ਉਹ ਖੁਸ਼ੀ ਖੁਸ਼ੀ ਜਿਵੇਂ ਉਹਨਾਂ ਨੂੰ ਕੁਛ ਮਿਲਿਆ ਹੋਇਆ ਤੇ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਓਨਰ ਕੀਤਾ ਹੈ ਔਰ ਉਹਨਾਂ ਨੇ ਉਸ ਯਾਨੀ ਕਿ ਫਤਵੇ ਨੂੰ ਆਪਣਾ ਗਲੇ ਸੀਨੇ ਨਾਲ ਲਾਇਆ, ਆਪਣੇ ਮੰਮੀ ਆਪਣੇ ਦਾਦੀ ਜੀ ਕੋਲ ਗਏ ਔਰ ਦਾਦੀ ਜੀ ਨੇ ਆਪਣੇ ਹੱਥੀਂ ਉਹਨਾਂ ਨੂੰ ਤਿਆਰ ਕੀਤਾ, ਗਲਗੀਆਂ ਲਗਾਈਆਂ ਔਰ ਬੜੇ ਸੋਹਣੇ ਉਹਨਾਂ ਨੂੰ ਕੱਪੜੇ ਪਵਾ ਕੇ ਯਾਨੀ ਕਿ ਸ਼ਹਾਦਤ ਦੇ ਲਈ ਭੇਜਿਆ। ਉਸ ਟਾਈਮ ਯਾਨੀ ਕਿ ਕਹਿ ਲਓ ਉਸ ਦਾਦੀ ਦਾ ਦਿਲ ਅਸੀਂ ਹੀ ਜਾਣ ਸਕਦੇ ਹਾਂ ਕਿ ਅਸੀਂ ਮਾਵਾਂ ਹਾਂ, ਅਸੀਂ ਆਪਣੇ ਬੱਚਿਆਂ ਤੋਂ ਥੋੜੀ ਦੇਰ ਲਈ ਵੀ ਪਰੇ ਨਹੀਂ ਹੁੰਦੀਆਂ। ਔਰ ਜਦੋਂ ਯਾਨੀ ਕਿ ਸਾਨੂੰ ਇਹ ਲੱਗੇ ਕਿ ਬੱਚਾ ਬਾਹਰ ਕਿੱਥੇ ਜਾ ਰਿਹਾ, ਅਸੀਂ ਬਹੁਤ ਕੁਛ ਸੋਚਦੇ ਹਾਂ ਕਿ ਬੱਚੇ ਇਹ ਲੈ ਲੈ, ਬੱਚੇ ਇਸ ਤਰ੍ਹਾਂ ਕਰ ਲਓ, ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, ਪਰ ਧੰਨ ਜਿਗਰਾ ਉਸ ਮਾਤਾ ਦਾ, ਉਹ ਦਾਦੀ ਦਾ ਜਿਗਰਾ ਜਿਸ ਨੂੰ ਪਤਾ ਸੀ ਕਿ ਅੱਜ ਮੇਰੇ ਬੱਚੇ ਜਿਹੜੇ ਹੈ ਦੀਵਾਰਾਂ ਦੇ ਵਿੱਚ ਸ਼ਹੀਦ ਹੋ ਜਾਣਗੇ, ਇਹਨਾਂ ਨੂੰ ਚਿੰਨ ਦਿੱਤਾ ਜਾਵੇਗਾ। ਉਸਨੇ ਯਾਨੀ ਕਿ ਜਰਾ ਨਾ ਡੋਲੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਉਹਨਾਂ ਨੂੰ ਵੇਰਵਾ ਦਿੰਦੇ ਹੋਏ ਇਹੀ ਗੱਲ ਕਹੀ ਕਿ ਅੱਜ ਤੁਸੀਂ ਆਪਣੇ ਦਾਦਾ ਜੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਦ ਚਿੰਨ੍ਹਾਂ ਦੇ ਚੱਲਦੇ ਹੋਏ ਜਾ ਰਹੇ ਹੋ। ਔਰ ਉਹਨਾਂ ਨੂੰ ਯਾਨੀ ਕਿ ਸ਼ਿੰਗਾਰਿਆ ਵੀ ਅੱਜ ਤੁਸੀਂ ਪੂਰੇ ਅੱਛੀ ਤਰ੍ਹਾਂ ਸ਼ਿੰਗਾਰ ਯਾਨੀ ਕਿ ਕਰਕੇ ਭੇਜਿਆ, ਜਿਵੇਂ ਦੁੱਲੇ ਨੂੰ ਸਜਾਉਂਦੇ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਜਾਇਆ ਪੋਤਿਆਂ ਨੂੰ ਔਰ ਭੇਜ ਦਿੱਤਾ। ਫਿਰ ਜਿਹੜੀ ਸਰਹੰਦ ਦੀ ਦੀਵਾਰ ਹੈ, ਅੱਜ ਅਸੀਂ ਸਰਹੰਦ ਜਾਈਏ, ਉਹ ਦੀਵਾਰ ਅੱਜ ਵੀ ਸਾਨੂੰ ਦਿਖਾਈ ਦਿੰਦੀ ਹੈ, ਉਸ ਦੀਵਾਰ ਦੇ ਵਿੱਚ ਉਹਨਾਂ ਸ਼ਹਿਜਾਦਿਆਂ ਨੂੰ ਜਿੰਦਾ ਚਿੰਨ੍ਹ ਦਿੱਤਾ ਗਿਆ। ਔਰ ਜਿਹੜਾ ਯਾਨੀ ਕਿ ਚਿੰਨ੍ਹਣ ਤੋਂ ਬਾਅਦ ਵੀ ਜਦੋਂ ਦੀਵਾਰ ਦੇਖਿਆ ਤੇ ਉਸਦੇ ਅੰਦਰੋਂ ਸਾਹ ਦੀ ਆਵਾਜ਼ਾਂ ਆ ਰਹੀਆਂ ਸੀ, ਦੀਵਾਰ ਨੂੰ ਸਿੱਟਿਆ ਗਿਆ, ਉਸ ਤੋਂ ਬਾਅਦ ਯਾਨੀ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਉਸ ਤੋਂ ਬਾਅਦ ਠੰਡੇ ਬੁਰਜ ਦੇ ਵਿੱਚ ਯਾਨੀ ਕਿ ਮਾਤਾ ਗੁਜਰੀ ਜੀ ਵੀ ਬੱਚਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ ਤੇ ਉਹ ਵੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਯਾਨੀ ਕਿ ਜਿਹੜਾ ਦੀਵਾਨ ਟੋਡਰਮੱਲ ਹੈ ਉਸਨੂੰ ਜਦੋਂ ਇਹ ਪਤਾ ਲੱਗਿਆ, ਉਸਨੇ ਆਪਣੀ ਸਾਰੀ ਜਿੰਨੀ ਉਹਦੇ ਕੋਲ ਮਾਇਆ ਸੀ ਉਹ ਸਾਰੀ ਇਕੱਠੀ ਕੀਤੀ ਔਰ ਜਿੱਥੇ ਯਾਨੀ ਕਿ ਅੱਜ ਅਸੀਂ ਸਰਹੰਦ ਦੇਖ ਰਹੇ ਹਾਂ ਫਤਿਹਗੜ੍ਹ ਸਾਹਿਬ, ਉਹ ਫਤਿਹਗੜ੍ਹ ਸਾਹਿਬ ਦੀ ਪੂਰੀ ਜ਼ਮੀਨ ਦੀਵਾਨ ਟੋਡਰਮੱਲ ਨੇ ਖਰੀਦੀ ਔਰ ਉਸਨੂੰ ਉਸ ਸ਼ਰਤ ਤੇ ਦਿੱਤੀ ਗਈ ਕਿ ਸਿੱਕੇ ਜਿਹੜੇ ਨੇ ਉਹ ਸਟੈਂਡਿੰਗ ਖੜੇ ਪੋਜੀਸ਼ਨ ਦੇ ਵਿੱਚ ਲਗਾਉਣੇ ਹੈ। ਉਹ ਖੜੇ ਪੋਜੀਸ਼ਨ ਦੇ ਵਿੱਚ ਉਹਨੇ ਸਿੱਕੇ ਲਗਾ ਕੇ ਔਰ ਉਨੀ ਯਾਨੀ ਕਿ ਜਿੰਨਾ ਵੀ ਏਰੀਆ ਹੈ ਉਹ ਸਾਰਾ ਦਾ ਸਾਰਾ ਉਸਨੇ
ਖਰੀਦਿਆ ਔਰ ਇਸ ਤਰ੍ਹਾਂ ਯਾਨੀ ਕਿ ਦੀਵਾਨ ਟੋਡਰਮਲ ਨੇ ਉਹ ਜ਼ਮੀਨ ਖਰੀਦ ਕੇ ਅੱਜ ਇਹ ਯਾਦਗਾਰਾਂ ਨੇ ਜਿਹੜੀਆਂ ਸਰਹੰਦ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਫਤਿਹਗੜ੍ਹ ਸਾਹਿਬ ਔਰ ਠੰਡਾ ਬੁਰਜ, ਇਹ ਤਿੰਨ ਗੁਰਦੁਆਰੇ ਸਾਹਿਬ ਦੀ ਜਿਹੜੀ ਜਗ੍ਹਾ ਹੈ ਉਹ ਉੱਥੇ। ਔਰ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਜਿਸਨੇ ਯਾਨੀ ਕਿ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦਾ ਕੰਮ ਕੀਤਾ ਸੀ, ਧੰਨ ਜਿਗਰਾ ਉਸ ਬਾਪ ਦਾ, ਧੰਨ ਜਿਗਰਾ ਉਹ ਮਾਤਾ ਦਾ, ਮੋਤੀ ਰਾਮ ਮਹਿਰਾ ਜੀ ਪੂਰਾ ਪਰਿਵਾਰ ਸਮੇਤ ਉਹਨਾਂ ਨੂੰ ਕੋਹਲੂ ਚ ਪੀੜਿਆ ਗਿਆ, ਪਰ ਉਹ ਉਹਨਾਂ ਨੇ ਉਸ ਤੱਕ ਨਹੀਂ ਕੀਤੀ ਤੇ ਉਹਨਾਂ ਨੇ ਯਾਨੀ ਕਿ ਗੁਰੂ ਮਹਾਰਾਜ ਜੀ ਦੇ ਪੁੱਤਰ ਹੋਣ ਦਾ ਪੂਰਾ ਫਰਜ਼ ਨਿਭਾਇਆ। ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸੂਬਾ ਸਰਹੰਦ ਨੂੰ ਸਜ਼ਾ ਦਿੱਤੀ ਔਰ ਸੂਬਾ ਸਰਹੰਦ ਦਾ ਸਾਰਾ ਕਿਲਾ ਜਿਹੜਾ ਹੈ ਉਹ ਉਹਨਾਂ ਨੇ ਜਿੱਤ ਲਿਆ ਔਰ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ 1740 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਹਿਤ ਇਸ ਕਿਲੇ ਨੂੰ ਸਭ ਤੋਂ ਪਹਿਲਾਂ ਜਿਹੜਾ ਇਹ ਦਿਖਾਇਆ ਗਿਆ, ਇਹ ਸਭ ਤੋਂ ਪਹਿਲਾਂ ਉਹ ਕਿਲਾ ਹੈ ਜਿੱਥੋਂ ਕਿ ਉਹਨਾਂ ਨੇ ਛੱਡਿਆ ਸੀ ਔਰ ਜਦੋਂ ਗਏ ਸੀ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਜਿਹੜੇ ਸੰਗਤ ਸਿੰਘ ਜੀ ਸੀਗੇ ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸ਼ਕਲ ਬਹੁਤ ਜ਼ਿਆਦਾ ਮਿਲਦੀ ਸੀ। ਸੰਗਤ ਸਿੰਘ ਨੂੰ ਯਾਨੀ ਕਿ ਜਦੋਂ ਸਿੱਖਾਂ ਨੇ ਕਿਹਾ ਕਿ ਬਾਬਾ ਜੀ ਆਪਾਂ ਇੱਥੋਂ ਚੱਲਦੇ ਹਾਂ ਕਿ ਕਿਲਾ ਸਾਰੇ ਪਾਸੇ ਮੁਗਲ ਫੌਜਾਂ ਨੇ ਘੇਰ ਲਿਆ, ਕਿਲੇ ਦੇ ਵਿੱਚ ਰਸਦ ਵੀ ਆਉਣੀ ਬੰਦ ਹੋ ਗਈ ਹੈ, ਵੀ ਹੁਣ ਭੁੱਖੇ ਮਰਨ ਦੀ ਵਾਰੀ ਆ ਗਈ ਹੈ, ਵੀ ਸਾਨੂੰ ਕਿਲਾ ਜ਼ਰੂਰ ਛੱਡਣਾ ਪਏਗਾ। ਤੇ ਬਾਬਾ ਜੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਕਿਲਾ ਛੱਡ ਕੇ ਨਹੀਂ ਜਾਵਾਂਗਾ ਕਿਉਂਕਿ ਮੈਂ ਜਿਹੜਾ ਕਿਸੇ ਵੀ ਤਰ੍ਹਾਂ ਮੈਂ ਸਾਹਮਣਾ ਕਰਦਾ ਤੇ ਮੇਰੀ ਫੌਜ ਸਾਹਮਣਾ ਕਰਦੀ ਹੈ, ਅਸੀਂ ਇਸ ਤਰ੍ਹਾਂ ਭਗੌਣੇ ਬਣ ਕੇ ਨਹੀਂ ਜਾਣਾ। ਤਾਂ ਪੰਜ ਸਿੰਘ ਜਿਹੜੇ ਉਹਨਾਂ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਂ ਦਾ ਹੁਕਮ ਮੈਂ ਮੰਨਦਾ ਹਾਂ, ਪੰਜਾਂ ਦਾ ਹੁਕਮ ਪੰਜ ਪਿਆਰੇ ਨੇ ਕਿਉਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਤੇ ਉਹਨਾਂ ਪੰਜ ਸਿੰਘਾਂ ਨੇ ਗੁਰੂ ਮਹਾਰਾਜ ਜੀ ਨੂੰ ਇਹ ਗੱਲ ਕਹੀ ਕਿ ਜਦੋਂ ਤੁਸੀਂ ਗੁਰੂ ਚੇਲਾ ਦਾ ਰੂਪ ਤਿਆਰ ਕਰ ਲਿਆ, ਅੱਜ ਅਸੀਂ ਪੰਜ ਹਾਂ, ਅੱਜ ਅਸੀਂ ਤੁਹਾਨੂੰ ਇਹੀ ਹੁਕਮ ਦਿੰਦੇ ਹਾਂ ਕਿ ਤੁਸੀਂ ਕਿਲਾ ਛੱਡੋ, ਤੇ ਉਹ ਕਿਉਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਪੰਜ ਸਿੰਘਾਂ ਦਾ ਹੁਕਮ ਉਹ ਮੋੜ ਨਹੀਂ ਸੀ ਸਕਦੇ, ਇਸ ਲਈ ਉਹ ਕਿਲਾ ਛੱਡਣ ਨੂੰ ਤਿਆਰ ਹੋਏ ਸੀ। ਭਾਈ ਸੰਗਤ ਸਿੰਘ ਜੀ ਦੀ ਕਿ ਸ਼ਕਲ ਗੁਰੂ ਮਹਾਰਾਜ ਜੀ ਨਾਲ ਮਿਲਦੀ ਸੀ, ਉਸ ਨੇ ਗੁਰੂ ਮਹਾਰਾਜ ਜੀ ਦਾ ਚੋਲਾ ਪਾਇਆ ਔਰ ਗੁਰੂ ਮਹਾਰਾਜ ਜੀ ਕਹਿੰਦੇ ਵੀ ਤੁਹਾਡੇ ਕਹੇ ਤੇ ਮੈਂ ਕਿਲਾ ਦਾ ਛੱਡ ਰਿਹਾ, ਪਰ ਮੈਂ ਇਸ ਤਰ੍ਹਾਂ ਫਿਰ ਵੀ ਨਹੀਂ ਜਾਵਾਂਗੇ। ਤਾਂ ਉਹਨਾਂ ਨੇ ਇੱਕ ਆਵਾਜ਼ ਲਗਾਈ ਸੀ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਤਾੜੀ ਮਾਰੀ ਔਰ ਤਾੜੀ ਮਾਰ ਕੇ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜਿਹਦੇ ਵਿੱਚ ਹਿੰਮਤ ਹੈ ਆ ਕੇ ਰੋਕ ਸਕੇ। ਉਸ ਟਾਈਮ ਯਾਨੀ ਕਿ ਉਹ ਆਨੰਦਪੁਰ ਦਾ ਕਿਲਾ ਸੀ ਜਿਹੜਾ ਕਿ ਉਹਨਾਂ ਨੇ ਛੱਡਿਆ ਔਰ ਉਸ ਤੋਂ ਬਾਅਦ ਯਾਨੀ ਕਿ ਪਰਿਵਾਰ ਵਿਛੋੜਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਦਾ ਸਰਸਾ ਨਦੀ ਦੇ ਵਿੱਚ ਪਰਿਵਾਰ ਵਿਛੁੜ ਗਿਆ ਸੀਗਾ। ਇਹ ਗੁਰਦੁਆਰਾ ਸਾਹਿਬ ਜਿਸਦੇ ਦਰਸ਼ਨ ਆਪ ਜੀ ਨੂੰ ਹੋਏ ਨੇ, ਉਸ ਤੋਂ ਬਾਅਦ ਇਹ ਠੰਡਾ ਬੁਰਜ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਜੋ ਛੋਟੇ ਦੋ ਸਾਹਿਬਜ਼ਾਦੇ ਸੀ ਉਹਨਾਂ ਨੂੰ ਵਜ਼ੀਰ ਖਾਨ ਨੇ ਤਿੰਨ ਰਾਤਾਂ ਦੇ ਲਈ ਉੱਥੇ ਰੱਖਿਆ ਸੀ। ਇਹ ਸਥਾਨ ਉਹ ਹੈ ਠੰਡਾ ਬੁਰਜ ਜਿੱਥੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ 3 ਰਾਤਾਂ ਦੇ ਲਈ ਰਹੇ ਔਰ ਇੱਥੇ ਹੀ ਮਾਤਾ ਗੁਜਰੀ ਜੀ ਨੇ ਪ੍ਰਾਣ। ਉਸ ਤੋਂ ਬਾਅਦ ਇਹ ਜਿਹੜਾ ਸਾਹਿਬਜ਼ਾਦਾ ਇਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੈ ਜਿੱਥੇ ਕਿ ਉਹ ਦੀਵਾਰਾਂ ਨੇ ਜਿਹਨਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀਗਾ ਔਰ ਇਹ ਯਾਨੀ ਕਿ ਉਹਨਾਂ ਦੀ ਸ਼ਹਾਦਤ ਦਾ ਪ੍ਰਤੀਕ ਹਨ, ਉਹ ਅੱਜ ਵੀ ਉੱਥੇ ਖੜੀਆਂ ਹਨ। ਇਹ ਦੀਵਾਰਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ, ਇਹ ਜੋਤੀ ਸਰੂਪ ਗੁਰਦੁਆਰਾ ਹੈ ਜਿੱਥੇ ਕਿ ਦੋ ਬੱਚੇ ਜਿਹੜੇ ਨੇ ਆਪਣੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਇਹਨਾਂ ਦੀਆਂ ਯਾਨੀ ਕਿ ਇੱਥੇ ਦਫਨਾਇਆ ਗਿਆ ਸੀ। ਇਹਨਾਂ ਦੇ ਯਾਨੀ ਕਿ ਇਸ ਤੇ ਸਥਾਨ ਹੈ ਜਿਸ ਨੂੰ ਕਿ ਜੋਤੀ ਸਰੂਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਛੋਟੀ ਜੀ ਯਾਨੀ ਕਿ ਕਹਿ ਲਓ ਸਾਡੇ ਜ਼ੁਬਾਨ ਤੋਂ ਬਹੁਤ ਛੋਟੀ
ਜਿਸ ਤੇ ਕਿ ਯਾਨੀ ਕਿ ਕਹਿ ਲਓ ਮੇਰੇ ਤੋਂ ਹੋ ਸਕਦਾ ਗਲਤੀਆਂ ਵੀ ਹੋ ਗਈਆਂ ਹੋਣਗੀਆਂ, ਬਹੁਤ ਵੱਡੀਆਂ ਗਲਤੀਆਂ ਅਸੀਂ ਕਰ ਜਾਂਦੇ ਹਾਂ, ਕਿਉਂਕਿ ਅਸੀਂ ਇਹ ਜਿਹੜੀ ਜੀਵਨੀ ਹੈ ਇਸ ਨੂੰ ਬਿਆਨ ਕਰਨਾ ਸਾਡੇ ਹੱਥ ਦੇ ਵਿੱਚ ਨਹੀਂ ਹੈ, ਨਾ ਹੀ ਅਸੀਂ ਸਾਡੀ ਜ਼ੁਬਾਨ ਜਿਹੜੀ ਹੈ ਉਹ ਇਸ ਕਾਬਿਲ ਹੈ ਜੋ ਇੰਨੀ ਵੱਡੀ ਵੱਡੀ ਸ਼ਹਾਦਤਾਂ ਨੂੰ ਬਿਆਨ ਕਰ ਸਕੇ। ਤੇ ਇੱਕ ਛੋਟੀ ਜਿਹੀ ਪੋਇਮ ਵੀ ਮੈਨੂੰ ਇਸੇ ਤੇ ਯਾਦ ਆ ਰਹੀ ਹੈ, ਕਿਉਂਕਿ ਮੈਂ ਵੀ ਇੱਕ ਖਾਲਸਾ ਹਾਂ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖੰਡੇ ਬਾਟੇ ਦੀ ਪਹੁਲ ਮੈਂ ਵੀ ਛਕੀ ਹੈ, ਮੈਨੂੰ ਇਸ ਭਾਗ ਗੁਰੂ ਮਹਾਰਾਜ ਜੀ ਨੇ ਦਿੱਤਾ ਹੈ। ਅੱਜ ਵੀ ਮਾਣ ਮਹਿਸੂਸ ਕਰਦੀ ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ। ਇੱਕ ਛੋਟੀ ਜਿਹੀ ਪੋਇਮ ਹੁਣ ਯਾਦ ਆ ਰਹੀ ਹੈ, ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ, ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ, ਸ਼ੀਸ਼ ਤਲੀ ਤੇ ਰੱਖੜਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸ਼ੀਸ਼ ਗੰਜ ਤੇ ਗੜੀ ਚਮਕੌਰ ਵਾਲੀ, ਸ਼ੀਸ਼ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵਿਖੜੇ ਗੁਲਜ਼ਾਰ ਵਾਂਗੂ, ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ। ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ, ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋ ਜਰਾ ਨਾ ਬੰਦ ਹੋਏ, ਚਾੜ ਚਰਖੜੀ ਪਰਖ ਦੇ ਯੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ। ਟੋਟੇ ਟੋਟੇ ਸਿਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਟੱਕਰੇ ਝੋਲੀ ਚ ਪਾਉਂਦਿਆਂ ਨੇ, ਉੱਚਾ ਸਿੱਟ ਕੇ ਬੋਚਦੇ ਨੇ ਜਿਆਂ ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦਾ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣ ਦੇ ਕਿੰਜ ਕੁਰਬਾਨ ਹੋਣਾ, ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ, ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ। ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੀ ਦੇਣ ਹੈ ਕਿ ਅੱਜ ਇੱਕ ਆਵਾਜ਼ ਤੇ, ਇੱਕ ਆਵਾਜ਼ ਹੁੰਦੀ ਹੈ ਪੂਰੇ ਦੇਸ਼ ਦੀ, ਤੇ ਉਸ ਆਵਾਜ਼ ਦੇ ਉੱਤੇ ਪੂਰਾ ਦਾ ਪੂਰਾ ਖਾਲਸਾ ਪੰਥ, ਸਿੱਖ ਸਮਾਜ ਇਸ ਚੀਜ਼ ਨੂੰ ਅੱਗੇ ਹੋ ਕੇ ਸਵੀਕਾਰ ਕਰਦਾ ਹੈ ਤੇ ਮਦਦ ਦੇ ਲਈ ਅੱਗੇ ਹੋ ਕੇ ਤਿਆਰ ਹੁੰਦਾ ਹੈ। ਜਿੱਥੇ ਕਿਤੇ ਵੀ ਕਦੇ ਭੀੜ ਪੈਂਦੀ ਹੈ, ਇਤਿਹਾਸ ਗਵਾਹ ਹੈ, ਅੱਜ ਤੱਕ ਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਾਲਸਾ ਹਰ ਥਾਂ ਤੇ ਮਦਦ ਦੇ ਲਈ ਤਿਆਰ ਰਹਿੰਦਾ ਹੈ। ਧੰਨਵਾਦ, ਥੈਂਕ ਯੂ। ਵਲਈ ਸੋਨਿਹਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੇ ਪਾਰਟੀਸੀਪੈਂਟ ਨੇ ਸਰ ਹੱਥ ਖੜਾ ਕੀਤਾ, ਸ਼ਾਇਦ ਕੋਈ ਕੁਐਰੀ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੈ ਮੈਮ ਤੋਂ ਕੁਛ। ਮਾਰਨਿੰਗ ਮੈਮ। ਗੁਡ ਮਾਰਨਿੰਗ ਬੇਟਾ। ਗੁਡ ਮਾਰਨਿੰਗ ਮੈਮ। ਗੁਡ ਮਾਰਨਿੰਗ ਬੱਚੋ। ਗੁਡ ਮਾਰਨਿੰਗ। ਗੁਡ ਮਾਰਨਿੰਗ ਮੈਮ। ਗੁਡ ਮਾਰਨਿੰਗ ਬੇਟਾ। ਗੁਡ ਮਾਰਨਿੰਗ। ਗੁਡ ਮਾਰਨਿੰਗ ਮੈਮ। ਗੁਡ ਮਾਰਨਿੰਗ ਬੱਚੋ। ਗੁਡ ਮਾਰਨਿੰਗ ਬੇਟਾ। ਸਭ ਕੀ ਐਂਟਰੀ ਹੋ ਗਈ ਹੈ, ਜੋ ਵੀ ਗੁਡ ਮਾਰਨਿੰਗ ਕਹਿ ਰਹੇ ਹੈ, ਯਦੀ ਕੁਛ ਪੁੱਛਣਾ ਚਾਹਤੇ ਹੈ ਤੋ ਪੁੱਛ ਸਕਤੇ ਹੈ, ਅਦਰਵਾਈਜ਼ ਆਪ ਸਭੀ ਕੀ ਐਂਟਰੀ ਹੋ ਗਈ ਹੈ। ਤੇ ਜੀ ਇਹਨਾਂ ਬੱਚਿਆਂ ਚੋਂ ਪੁੱਛਣਾ, ਜੇ ਕੋਈ ਕੁਛ ਗਾਣਾ ਚਾਹੁੰਦਾ ਹੈ ਜਾਂ ਕੁਛ ਬੋਲਣਾ ਚਾਹੁੰਦਾ, ਕੋਈ ਬੱਚਾ ਕੋਈ ਆਪਣੇ ਵਿਚਾਰ ਦੱਸਣਾ ਚਾਹੁੰਦਾ ਬੇਟੇ? ਕੋਈ ਕੁਛ ਕਹਿਣਾ ਚਾਹਤਾ ਹੈ ਬੇਟਾ? ਓਕੇ, ਫਿਰ ਆਪ ਆਪਣਾ ਆਪਣਾ ਮਾਈਕ ਬੰਦ ਕਰ ਸਕਦੇ ਹੈ ਬੇਟੇ। ਬੇਟੇ ਆਪ
ਜਿੱਦਾਂ ਕਿ ਮੈਮ ਨੇ ਕਿਹਾ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ, ਕਿਸੇ ਸ਼ਾਇਰ ਨੇ ਖੂਬ ਕਿਹਾ ਹੈ ਕਿ ਕਿਹਨਾਂ ਸ਼ਬਦਾਂ ਵਿੱਚ ਤੇਰੀ ਸਿਫਤ ਕਰਾਂ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਦੇ ਹੋਏ ਨੇ ਕਿਹਾ, ਕਿਹਨਾਂ ਸ਼ਬਦਾਂ ਵਿੱਚ ਤੇਰੀ ਸਿਫਤ ਲਿਖਾਂ, ਮੇਰੀ ਕਲਮ ਰੋਣ ਲੱਗ ਪੈਂਦੀ ਹੈ। ਤੇਰੀ ਕੁਰਬਾਨੀ ਸੱਚ ਦਾਤਾ, ਤੇਰੀ ਕੁਰਬਾਨੀ ਸੱਚ ਦਾਤਾ, ਮੇਰੀ ਕਲਮ ਰੋਣ ਲੱਗ ਪੈਂਦੀ ਹੈ। ਕਿ ਇੰਨਾ ਦਰਦ ਹੈ ਇਸ ਸ਼ਹਾਦਤ ਦੇ ਵਿੱਚ ਜੋ ਅਸੀਂ ਫੀਲ ਕਰਦੇ ਹਾਂ, ਕਿ ਮੈਂ ਸ਼ਬਦ ਨਹੀਂ ਮਿਲਦਾ ਮੈਨੂੰ ਬਿਆਨ ਕਰਨ ਲਈ, ਤੇ ਮੇਰੀ ਕਲਮ ਵੀ ਇੰਨੀ ਤੜਫ ਪੈਂਦੀ ਹੈ ਕਿ ਉਹ ਵੀ ਰੋਣ ਲੱਗ ਜਾਂਦੀ ਹੈ ਸ਼ਹਾਦਤ ਨੂੰ ਬਿਆਨ ਕਰਦੇ ਕਰਦੇ। ਤੇ ਹੁਣ ਮੈਂ ਰਿਕੁਐਸਟ ਕਰਾਂਗੀ ਕਿ ਪਰਮਜੀਤ ਸਰ ਕਲੋਜ਼ ਕਰਨ ਅੱਜ ਦੇ ਸਮੇਂ। ਹਾਂਜੀ ਹਾਂਜੀ ਮੈਮ, ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਬਹੁਤ ਸੁਣਿਆ ਹੈ ਨਾ, ਉਸਦੇ ਬਾਰੇ ਅਸੀਂ ਉਹ ਵੀ ਕਰਦੇ ਹਾਂ, ਬਹੁਤ ਸਾਰੀ ਪੋਇਮਸ ਲਿਖੀਆਂ, ਬਿਰਹਾ ਦੇ ਨਾਮ ਤੇ ਵੀ ਲਿਖੀਆਂ ਨੇ ਉਹਨਾਂ ਨੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਰੇ ਦੇਖੋ ਕੀ ਲਿਖੇ ਜਾਂਦੇ। ਵੈਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਸੀਂ ਵਾਕਈ ਕਹਿੰਦੇ ਹਾਂ ਕਿ ਜਦੋਂ ਗੁਰੂ ਮਹਾਰਾਜ ਜੀ ਦਾ ਬਰਥ ਹੋਇਆ ਨਾ, ਗੁਰੂ ਮਹਾਰਾਜ ਜੀ ਆਪਣੇ ਬਰਥ ਤੋਂ ਪਹਿਲਾਂ ਦਾ ਵੀ ਵਾਕਿਆ ਵਰਣਨ ਕਰਕੇ ਗਏ ਨੇ। ਉਹਨਾਂ ਨੇ ਦਸਮ ਗ੍ਰੰਥ ਦੇ ਵਿੱਚ ਵਰਣਨ ਕੀਤਾ ਹੈ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਠੀਕ ਹੈ ਜਿਤਨਾ ਭਇਓ ਹਮਰੋ ਆਵਣ ਕੋ, ਚੁਭੇ ਰਹੇ ਸੁਰਤ ਪ੍ਰਭ ਚੰਨਣ। ਅੱਜ ਅਸੀਂ ਹਮੇ ਹੇਮਕੁੰਟ ਸਾਹਿਬ ਦੇ ਬਾਰੇ ਗੱਲ ਕਰਦੇ ਹਾਂ ਕਿ ਹੇਮਕੁੰਟ ਸਾਹਿਬ ਪਰਬਤ ਦੇ ਬਾਰੇ ਲਿਖ ਕੇ ਗਏ ਨੇ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਧ ਸੋਭਤ ਹੈ, ਤਹਾਂ ਸਪਤ ਸਿੰਧ ਤੈ ਨਾਮ ਕਹਾਵਾ, ਪੰਡ ਰਾਜ ਹੈ ਜੋ ਬੁਕਮਾਵਾ। ਜਿਤਨਾ ਭਇਓ ਹਮਰੋ ਆਵਣ ਕੋ, ਚੁਭੇ ਰਹੀ ਸੁਰਤ ਪ੍ਰਭ ਚੰਨਣ। ਉਸ ਥਾਂ ਦੇ ਉੱਤੇ ਗੁਰੂ ਮਹਾਰਾਜ ਜੀ ਤਪੱਸਿਆ ਕਰ ਰਹੇ ਸੀ ਤੇ ਉਹ ਕਹਿੰਦੇ ਸੰਸਾਰ ਚ ਆਉਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ, ਠੀਕ ਹੈ ਜੇ ਮੈਂ ਤਿੰਨ ਪ੍ਰਭ ਮੋਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਏ। ਤੇ ਉਹਨਾਂ ਨੇ ਕਹਿੰਦੇ ਮੈਨੂੰ ਸਮਝਾਇਆ ਤੇ ਸੰਸਾਰ ਵਿੱਚ ਭੇਜਣਾ ਕੀਤਾ, ਤੇ ਕਿਸਦੇ ਕੋਲ ਭੇਜਿਆ? ਕਹਿੰਦੇ ਤਾਤ ਮਾਤ ਮੁਰ ਅਲਕ ਅਰਾਧਾ, ਤਾਤ ਯਾਨੀ ਕਿ ਉਹਨਾਂ ਪਿਤਾ ਜੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਜੀ, ਮਾਤ ਮਾਤਾ ਗੁਜਰ ਜੀ, ਤਾਤ ਮਾਤ ਮੁਰ ਅਲਕ ਅਰਾਧਾ, ਇੰਨੀ ਤਪੱਸਿਆ ਕੀਤੀ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਜੀ ਖੁਦ ਪ੍ਰਗਟ ਨਹੀਂ ਹੋਏ ਸੀ ਕਿ ਮੈਂ ਇੱਕ ਗੁਰੂ ਹਾਂ, ਕਿਉਂਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੇ ਕੀ ਕੀਤਾ, ਜਦੋਂ ਉਹਨਾਂ ਨੂੰ ਉਹਨਾਂ ਦੀ ਬੜੀ ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਦੇਹ ਛੱਡਤੀ ਸੀ, ਗੁਰੂ ਮਹਾਰਾਜ ਜੀ ਬੜੀ ਛੋਟੀ ਜਿਹੀ ਉਮਰ ਦੇ ਵਿੱਚ ਗੁਰੂ ਬਣ ਗਏ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ, ਪਿਓ ਦਾਦੇ ਜਿਹੇ ਆ ਪੋਤਰਾ ਪ੍ਰਮਾਣ ਵੀ ਕਹਿ ਲਓ। ਉਹਨਾਂ ਦੀ 8 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਰੀਰ ਤਿਆਗਤਾ ਸੀਗਾ, ਔਰ ਪੂਰੇ ਸੰਸਾਰ ਅੱਜ ਅਸੀਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ, ਤੇ ਉਸ ਟਾਈਮ ਦੇ ਵਿੱਚ ਵੀ ਮਹਾਮਾਰੀ ਸੀ ਜੋ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਲੈ ਕੇ ਇਹ ਸਰੀਰ ਜਿਹੜਾ ਸੀ, ਸਾਰੇ ਸੰਸਾਰ ਦੀ ਮਹਾਮਾਰੀ ਆਪਣੇ ਉੱਤੇ ਲੈ ਕੇ ਇਹ ਸਰੀਰ ਤਿਆਗਿਆ ਸੀ। ਜਦੋਂ ਉਹ ਜਾਣ ਲੱਗੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਜਾ ਰਹੇ ਹੋ, ਤੁਹਾਡੇ ਤੋਂ ਬਾਅਦ ਅਗਲਾ ਗੁਰੂ ਕੌਣ ਹੋਊਗਾ, ਕੌਣ ਅਗਲਾ ਗੁਰੂ? ਤਾਂ ਉਹਨਾਂ ਨੇ ਜਾਂਦੇ ਜਾਂਦੇ ਇੱਕੋ ਹੀ ਸ਼ਬਦ ਬੋਲੇ, ਬਾਬਾ ਬਕਾਲਾ। ਬਾਬਾ ਬਕਾਲਾ ਇੱਕ ਥਾਂ ਹੈ, ਬਕਾਲਾ ਨਾਮ ਦੀ ਥਾਂ ਹੈ, ਉਹਨਾਂ ਨੇ ਉਹ ਸ਼ਬਦ ਬੋਲੇ ਔਰ ਸਾਰੇ ਦੇ ਸਾਰੇ ਇਹ ਸੋਚਣ ਲੱਗ ਗਏ ਕਿ ਬਾਬਾ ਬਕਾਲਾ ਦੇ ਵਿੱਚ ਗੁਰੂ ਤੇਗ ਬਹਾਦੁਰ ਜੀ ਮਹਾਰਾਜ, ਬਾਬਾ ਬਕਾਲਾ ਦੇ ਵਿੱਚ ਗੁਰੂ ਕਿਵੇਂ ਲੱਭੀਏ ਵੀ ਅਗਲਾ ਗੁਰੂ ਕੌਣ, ਕਿਉਂਕਿ ਜਿਹੜੀ ਗੁਰਗੱਦੀ ਹੈ ਇਹ ਯਾਨੀ ਕਿ ਪਿਤਾ ਪੁਰਖੀ ਨਹੀਂ ਸੀ, ਯਾਨੀ ਕਿ ਬੱਚਿਆਂ ਤੋਂ ਅੱਗੇ ਪਿਤਾ ਤੋਂ ਅੱਗੇ ਬੱਚਿਆਂ ਨੂੰ ਮਿਲ ਜਾਏ ਇਸ ਤਰ੍ਹਾਂ ਨਹੀਂ ਸੀ, ਇਹ ਯੋਗ ਨੂੰ ਹੀ ਗੁਰਗੱਦੀ ਹੋ ਗਿਆ। ਔਰ ਇਹ ਗੁਰਗੱਦੀ ਦੇਖਣ ਦੇ ਲਈ ਯਾਨੀ ਕਿ ਗੁਰੂ ਕੌਣ ਅਗਲਾ, ਬਾਬਾ ਬਕਾਲਾ ਗਏ ਔਰ ਬਕਾਲੇ ਦੇ ਵਿੱਚ 22 ਜੋ ਸੀਗੇ ਗੁਰੂ ਬਣ ਕੇ ਬੈਠ ਗਏ, ਅਖੌਤੀ ਗੁਰੂ।
ਕਿ ਇਹ ਮੈਂ ਵੀ ਗੁਰੂ ਹਾਂ ਮੈਂ ਗੁਰੂ ਹਾਂ ਤੇ ਉਹ ਅਖੌਤੀ ਗੁਰੂ ਬਣ ਕੇ ਬੈਠ ਗਏ ਔਰ ਉਸੇ ਟਾਈਮ ਦੇ ਦੌਰਾਨ ਮੱਖਣ ਸ਼ਾਹ ਲੁਬਾਣਾ ਸੀ ਉਸ ਮੱਖਣ ਸ਼ਾਹ ਲੁਬਾਣੇ ਨੇ ਯਾਨੀ ਕਿ ਉਸਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਰਿਹਾ ਸੀ ਔਰ ਉਹ ਲੱਖਾਂ ਕਰੋੜਾਂ ਦਾ ਸਮਾਨ ਸੀ ਔਰ ਉਸਨੇ ਉੱਥੇ ਬੈਠੇ ਹੀ ਅਰਦਾਸ ਕੀਤੀ ਕਿ ਜਿਹੜਾ ਵੀ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਗੱਦੀ ਦਾ ਅਗਲਾ ਵਾਰਿਸ ਹੈ ਉਹ ਮੇਰਾ ਯਾਨੀ ਕਿ ਇਹ ਜਹਾਜ਼ ਜਿਹੜਾ ਹੈ ਜਿਹੜਾ ਪਾਰ ਕਰਾ ਉਸ ਟਾਈਮ ਦੇ ਵਿੱਚ ਯਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਭੋਰੇ ਚ ਬੈਠੇ ਤਪੱਸਿਆ ਕਰ ਰਹੇ ਸੀ ਉਸ ਟਾਈਮ ਉਹਨਾਂ ਨੇ ਯਾਨੀ ਕਿ ਆਵਾਜ਼ ਸੁਣੀ ਔਰ ਮੱਖਣ ਸ਼ਾਹ ਲੁਬਾਣੇ ਦਾ ਜਿਹੜਾ ਜਹਾਜ਼ ਸੀ ਉਹ ਪਾਰ ਲਗਾਇਆ ਔਰ ਉਹੀ ਮੱਖਣ ਸ਼ਾਹ ਲੁਬਾਣੇ ਨੇ ਉੱਥੇ ਬੈਠੇ ਇਹ ਵੀ ਕਿਹਾ ਸੀਗਾ ਕਿ ਮੈਂ 500 ਸੋਨੇ ਦੀ ਮੋਹਰਾਂ ਜਿਹੜੇ ਹੈ ਉਹ ਭੇਟ ਕਰਾਂਗਾ ਜਦੋਂ ਮੇਰਾ ਜਹਾਜ਼ ਪੂਰਾ ਹੋ ਜਾਏਗਾ ਜਦੋਂ ਬਾਬਾ ਬਕਾਲਾ ਚ ਬਾਈ ਸਿੰਘ ਬਾਈ ਗੁਰੂ ਬਣ ਕੇ ਬੈਠ ਗਏ ਉਸ ਟਾਈਮ ਯਾਨੀ ਕਿ ਮੱਖਣ ਸ਼ਾਹ ਲੁਬਾਣਾ ਜਿਹੜਾ ਉਹ ਉੱਥੇ ਪਹੁੰਚਿਆ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਅਸਲੀ ਗੁਰੂ ਕੌਣ ਹੈ ਮੈਂ ਇਹਨਾਂ ਚ ਕਿਸਨੂੰ ਕਿਸਦੇ ਅੱਗੇ 500 ਮੋਹਰਾਂ ਚੜਾਵਾਂ ਫਿਰ ਕਿਸਨੇ ਮੇਰਾ ਜਹਾਜ਼ ਪਾਰ ਕਰਾਇਆ ਉਸਨੂੰ ਸਮਝ ਨਹੀਂ ਸੀ ਆ ਰਹੀ ਉਸਨੇ ਕੀ ਕੀਤਾ ਹਰ ਇੱਕ ਦੇ ਅੱਗੇ 5-5 ਮੋਹਰਾਂ ਜਿਹੜੀ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰਤਾ ਵੀ ਜਿਹੜਾ ਅਸਲੀ ਗੁਰੂ ਹੈ ਉਹ ਤਾਂ ਮੇਰੀ ਮਨੋ ਭਾਵਨਾ ਜਾਣਦਾ ਹੀ ਹੈ ਉਸਨੂੰ ਪਤਾ ਮੈਂ 500 ਮੋਹਰਾਂ ਸੁੱਕੀਆਂ ਆਪਣੇ ਆਪ ਹੀ ਕਹੇਗਾ ਤੇ ਉਸਨੇ 5-5 ਮੋਹਰਾਂ ਦੇ ਕੇ ਯਾਨੀ ਕਿ ਮੱਥਾ ਟੇਕੀ ਗਿਆ ਕਿਸੇ ਨੇ ਕੁਛ ਨੀ ਕਿਹਾ ਬੜਾ ਹੀ ਪਰੇਸ਼ਾਨ ਹੋ ਗਿਆ ਕਿ ਮੈਨੂੰ ਅਸਲੀ ਗੁਰੂ ਹਲੇ ਤੱਕ ਨਹੀਂ ਮਿਲਿਆ ਫਿਰ ਕਿਸੇ ਤੋਂ ਪੁੱਛਿਆ ਔਰ ਕਿਸੇ ਬੱਚੇ ਨੇ ਹੀ ਦੱਸਿਆ ਕਿਤੇ ਭੋਰੇ ਦੇ ਵਿੱਚ ਤਪੱਸਿਆ ਕਰ ਰਿਹਾ ਹੈ ਇੱਕ ਉਸਦੇ ਕੋਲ ਜਾਓ ਜਦੋਂ ਭੋਰੇ ਦੇ ਵਿੱਚ ਗਏ ਉੱਥੇ ਉਹਨਾਂ ਨੇ ਮੋਹਰਾਂ ਰੱਖ ਕੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਮਹਾਰਾਜ ਜੀ ਨੇ ਹੱਥ ਫੜ ਲਿਆ ਕਿ ਸਿੰਘਾ ਸਿੱਖਾ 500 ਸੁੱਖ ਕੇ 5 ਚੜਾਉਣਾ ਤੇ ਜਦੋਂ ਉਹਨੇ ਗੱਲ ਸੋਚੀ ਕਹਿੰਦਾ ਵੀ ਬਾਬਾ ਜੀ ਗਲਤੀ ਹੋ ਗਈ ਮੈਂ ਤਾਂ ਅਸਲੀ ਗੁਰੂ ਦੇਖ ਰਿਹਾ ਸੀ ਮੇਰਾ ਕੋਣ ਹੈ ਪੈਰੀ ਪੈ ਗਿਆ ਤੇ ਉਸ ਤੋਂ ਬਾਅਦ ਯਾਨੀ ਕਿ ਗੁਰੂ ਮਹਾਰਾਜ ਜੀ ਨੇ ਆਪਣੇ ਕੰਧਾ ਮੋਢਾ ਚੱਕਿਆ ਤੇ ਜਹਾਜ਼ ਦਾ ਨਿਸ਼ਾਨ ਦਿਖਾਇਆ ਜੋ ਕਿ ਗੁਰੂ ਮਹਾਰਾਜ ਜੀ ਦੇ ਉਸਦੇ ਉੱਤੇ ਸੀ ਫਿਰ ਉਹ ਕੋਠੇ ਚੜ ਗਿਆ ਉਸ ਟਾਈਮ ਯਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਸਨੇ ਪ੍ਰਗਟ ਕੀਤਾ ਪੂਰੀ ਦੁਨੀਆਂ ਦੇ ਵਿੱਚ ਕਿ ਅਸਲੀ ਗੁਰੂ ਗੁਰੂ ਲਾਦੋ ਰੇ ਗੁਰੂ ਤੇਗ ਬਹਾਦਰ ਲਾਦੋ ਰੇ ਤਾਂ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਸਨੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਲੱਭਿਆ ਸੀ ਔਰ ਉਸੇ ਨੇ ਯਾਨੀ ਕਿ ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਵਸਾਇਆ ਅਨੰਦਪੁਰ ਸਾਹਿਬ ਦੇ ਵਿੱਚ ਹੀ ਯਾਨੀ ਕਿ ਜਿਹੜੇ ਸਾਹਿਬਜ਼ਾਦੇ ਨੇ ਤਿੰਨੇ ਸਾਹਿਬਜ਼ਾਦਿਆਂ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਯਾਨੀ ਕਿ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਮੈਂ ਗੱਲ ਕਰ ਰਹੀ ਸੀ ਉਹ ਕਹਿ ਰਹੇ ਸੀ ਚਿਤਨਾ ਪਿਓ ਹਮਰੋ ਆਵਣ ਕੋ ਤੁਗਰੀ ਸੁਤ ਪ੍ਰਭ ਚਰਨਨ ਲਈ ਫਿਰ ਉਹ ਸੰਸਾਰ ਤੇ ਆ ਗਿਆ ਤੋ ਆ ਗਏ ਤੇ ਆਉਣ ਤੋਂ ਬਾਅਦ ਜਦੋਂ ਉਹਨਾਂ ਜਨਮ ਹੋਇਆ ਉਸ ਟਾਈਮ ਪੀਰ ਬੁੱਧੂ ਸ਼ਾਹ ਜਿਹੜਾ ਸੀ ਉਹ ਤਪੱਸਿਆ ਦੇ ਵਿੱਚ ਕਹਿੰਦੇ ਨੇ ਵੀ ਯਾਨੀ ਕਿ ਉਹ ਦੇਖੋ ਉਹ ਵੀ ਧਰਮ ਜਿਹੜਾ ਉਹਨਾਂ ਦਾ ਵੱਖ ਔਰ ਉਸਦੇ ਬਾਵਜੂਦ ਵੀ ਯਾਨੀ ਕਿ ਉਹਨਾਂ ਨੂੰ ਬੈਠਿਆਂ ਨੂੰ ਉੱਥੇ ਤਪੱਸਿਆ ਦੇ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਇੱਕ ਜੋਤ ਦਿਖਾਈ ਦਿੱਤੀ ਉਹ ਜੋਤ ਦੇ ਪਿੱਛੇ ਭੱਜ ਲਿਆ ਵੀ ਜੋਤ ਕਿਹਦੇ ਘਰ ਜਾ ਪਟਨਾ ਸਾਹਿਬ ਤੱਕ ਉਹ ਭੱਜਿਆ ਗਿਆ ਉਸ ਜੋਤ ਦੇ ਪਿੱਛੇ ਔਰ ਆਪਣੇ ਸਾਥੀ ਚੇਲੇ ਵੀ ਨਾਲ ਸੀਗੇ ਜਦੋਂ ਉੱਥੇ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਦੇ ਘਰੇ ਯਾਨੀ ਕਿ ਜੋਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਮਾਤਾ ਗੁਜਰੀ ਜੀ ਨਾਨਕੇ ਪਾਏ ਪੈਦਾ ਹੋਏ ਗੁਰੂ ਮਹਾਰਾਜ ਜੀ ਤੇ ਉੱਥੇ ਉਹ ਜੋਤ ਗਈ ਉਹ ਤਾਂ ਬਾਹਰ ਆਸਣ ਲਾ ਕੇ ਬੈਠ ਗਿਆ ਮੈਂ ਤਾਂ ਉਸ ਬੱਚੇ ਦੇ ਜਿਹੜਾ ਕੀ ਆਇਆ ਅੰਦਰ ਆਇਆ ਜੋ ਵੀ ਕੋਈ ਜੋਤ ਆਈ ਹੈ ਮੈਂ ਤਾਂ ਉਹਦੇ ਦਰਸ਼ਨ ਕਰਕੇ ਜਾ ਰਿਹਾ ਤੇ ਉਹ ਕਹਿਣਗੇ ਅਸੀਂ ਇਸ ਤਰ੍ਹਾਂ ਕਿਸੇ ਫਕੀਰ ਨੂੰ ਕਿਵੇਂ ਦਿਖਾ ਦਈਏ ਕਹਿੰਦੇ ਨਹੀਂ ਜੀ ਮੈਂ ਤਾਂ ਜਾਂਦਾ ਨੀ ਉਹ ਤਾਂ ਬਾਹਰ ਬੈਠ ਗਿਆ ਔਰ ਅੰਦਰੋਂ ਗੁਰੂ ਮਨਾ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦੀ ਦਾਦੀ ਜੀ ਨੇ ਤੇ ਵੀ ਅਸੀਂ ਇਸ ਤਰ੍ਹਾਂ ਦਰਸ਼ਨ ਕਿਵੇਂ ਕਰਾਈਏ ਤੇ ਅੰਦਰੋਂ ਗੁਰੂ ਮਹਾਰਾਜ ਜੀ ਵੀ ਰੋਣ ਲੱਗ ਗਏ ਰੋਂਦੇ ਚੁੱਕਣਾ ਉਹਨੂੰ ਕਹਿੰਦੇ ਨਹੀਂ ਬਾਬਾ ਜੀ ਦੇ ਦਰਸ਼ਨ ਕਰਕੇ ਹੀ ਜਾਣੇ ਉਧਰੋਂ ਉਧਰੋਂ ਤੇ ਫਿਰ ਯਾਨੀ ਕਿ ਉਹ ਕਹਿੰਦੇ ਵੀ ਚਲੋ ਦਰਸ਼ਨ ਕਰਾ ਦਿੰਦੇ ਆ ਦੁਸ਼ਾਲੇ ਚ ਲਪੇਟ ਕੇ ਗੁਰੂ ਮਹਾਰਾਜ ਜੀ ਨੂੰ ਬਾਹਰ ਲੈ ਕੇ ਆਏ ਛੋਟੇ ਜਿਹੇ ਬਾਲਕ ਗੋਬਿੰਦ ਰਾਏ ਜੀ ਨੂੰ ਜਿਵੇਂ ਯਾਨੀ ਕਿ ਉੱਥੇ ਲੈ ਕੇ ਆਏ ਤੇ ਉਹ ਫਿਰ ਬੁੱਧੂ ਸ਼ਾਹ ਨੇ ਦੋ ਕੁੱਜੀਆਂ ਸਾਹਮਣੇ ਕਰ ਦਿੱਤੀਆਂ ਇੱਕ ਕੁੱਜੇ ਦੇ ਵਿੱਚ ਯਾਨੀ ਕਿ ਉਹਨੇ ਸੋਚਿਆ ਵੀ ਇਹਨੇ ਹੱਥ ਰੱਖਣਗੇ ਤਾਂ ਸਾਡੇ ਮੁਸਲਮਾਨਾਂ ਦੇ ਗੁਰੂ ਨੇ ਇਹਨਾਂ ਵੀ ਤੇ ਹੱਥ ਰੱਖਣਗੇ ਤਾਂ ਹਿੰਦੂਆਂ ਦੇ ਗੁਰੂ
ਤੇ ਉਹਨੇ ਦੋ ਕੁੱਜੀਆਂ ਰੱਖ ਕੇ ਦੇਖਾਂਗੇ ਕਿਹਦਾ ਇਹ ਆਈ ਹੈ ਜੋਤ ਤੇ ਕਿਹਦੇ ਲਈ ਆਈ ਹੈ। ਤੇ ਗੁਰੂ ਮਹਾਰਾਜ ਜੀ ਨੇ ਦੋਨਾਂ ਦੇ ਉੱਤੇ ਹੱਥ ਰੱਖ ਦਿੱਤਾ, ਦੋਨੋਂ ਕੁੱਜੀਆਂ ਦੇ ਉੱਤੇ। ਛੋਟੇ ਜਿਹੇ ਬਾਲਕ ਨੇ ਜਿਹੜਾ ਪੈਦਾ ਹੀ ਹੋਇਆ ਸੀ ਦੋਨੋਂ ਕੁੱਜੀਆਂ ਤੇ ਹੱਥ ਰੱਖਦਾ, ਤਾਂ ਉਹ ਧੰਨ ਧੰਨ ਹੋ ਗਿਆ, ਨਮਸਕਾਰ ਕੀਤੀ ਕਿ ਅੱਜ ਮੈਨੂੰ ਅੱਜ ਪਤਾ ਲੱਗਦਾ ਕਿ ਅਕਾਲ ਪੁਰਖ ਦੀ ਜੋਤ ਜਿਹੜੀ ਹੈ ਉਹ ਪ੍ਰਗਟ ਹੋਈ ਹੈ, ਜਿਹੜੀ ਕਿ ਸਾਰੀ ਯਾਨੀ ਕਿ ਦੋਨਾਂ ਨੂੰ ਸਮਾਨ ਨੂੰ ਉਸਦੇ ਨਾਲ ਲੈ ਕੇ ਚੱਲੇਗੀ ਦੋਨੋਂ ਧਰਮਾਂ ਨੂੰ। ਤਾਂ ਗੁਰੂ ਮਹਾਰਾਜ ਜੀ ਦਾ ਮੈਸੇਜ ਵੀ ਇਹੀ ਕਹਿੰਦੇ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਗੋ। ਤਾਂ ਉਹਨਾਂ ਨੇ ਇਹੀ ਮੈਸੇਜ ਸਾਨੂੰ ਦਿੱਤਾ, ਔਰ ਇਹ ਧਾਰਮਿਕ ਲੜਾਈਆਂ ਨੂੰ ਦੂਰ ਕਰਨ ਲਈ ਏਡੀ ਏਡੀ ਸ਼ਹਾਦਤ ਆਏ ਦੇ ਗਏ। ਕਿਸੇ ਧਾਰਮਿਕ ਲੜਾਈਆਂ ਦੇ ਵਿੱਚ ਨਹੀਂ ਪੈਣਾ, ਧਾਰਮਿਕ ਫਰਕਾਂ ਦੇ ਵਿੱਚ ਨਹੀਂ ਪੈਣਾ। ਔਰ ਗੁਰੂ ਮਹਾਰਾਜ ਜੀ ਦੇ ਬਾਰੇ ਮੈਂ ਉਹੀ ਗੱਲ ਕਹਿੰਦੀ ਕਿ ਉਹ ਲਿਖੇ ਗਿਆ ਕਹਿੰਦੇ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਲ ਗੀਤ ਆਖਾਂ। ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਸਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਰ ਕਟਾ ਆਵੇ, ਜੋ ਆਪਣੇ ਸੁਹਲ ਛਿੰਦੇ ਬਾਲ ਨੀਹਾਂ ਵਿੱਚ ਲੁਟਾ ਆਵੇ, ਜੋ ਲੁੱਟ ਜਾਵੇ ਫਿਰ ਤੇ ਫਿਰ ਵੀ ਯਾਰੜ ਦੇ ਸਤਿੰਦ ਆਵੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਕੋਈ ਵੀ ਕਲਮ ਕੋਈ ਵੀ ਜੀਵਾ ਉਹਦੇ ਬਾਰੇ ਉਹਨਾਂ ਦੇ ਬਾਰੇ ਸੱਚਮੁੱਚ ਨਹੀਂ ਲਿਖ ਸਕਦੀ। ਔਰ ਉਹ ਇਹ ਵੀ ਕਹਿੰਦੇ ਨੇ, ਮੈਂ ਕਹਿੰਦੀ ਹਾਂ ਵੀ ਜਿਸ ਨੇ ਸੰਸਾਰ ਦੇ ਉੱਤੇ ਵਸੇਬਾ ਕੀਤਾ, ਸਾਨੂੰ ਸਾਰਿਆਂ ਨੂੰ ਜੀਣ ਦਾ ਅਧਿਕਾਰ ਦਿੱਤਾ, ਸਾਨੂੰ ਸਾਹ ਲੈਣਾ ਸਿਖਾਇਆ, ਸਾਨੂੰ ਆਪਣਾ ਦਿਲ ਘੋਟ ਕੇ ਰੱਖਣਾ ਨਹੀਂ ਸਿਖਾਇਆ, ਸਾਨੂੰ ਆਜ਼ਾਦੀ ਦੇ ਵਿੱਚ ਕਿ ਆਪਣਾ ਕੁਛ ਵੀ ਬਿਆਨ ਕਰ ਸਕਦੇ ਹਾਂ, ਆਪਣਾ ਕੋਈ ਵੀ ਹੱਕ ਲੈ ਸਕਦੇ ਹਾਂ, ਉਹ ਹੱਕ ਲੈਣਾ ਸਿਖਾਇਆ ਤੇ ਸੰਸਾਰ ਨੂੰ ਇੱਕ ਸੁੰਦਰ ਸਵਰਗ ਬਣਾ ਕੇ ਚਲੇ ਗਏ। ਉਹ ਜਾਂਦੇ ਹੋਏ ਕੀ ਕਹਿੰਦੇ ਨੇ ਕਿ ਮੈਨੂੰ ਅਕਾਲ ਪੁਰਖ ਨਾ ਸਮਝੋ, ਮੈਨੂੰ ਪਰਮਾਤਮਾ ਨਾ ਸਮਝੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਨੇ ਕਰੇ। ਅੱਜ ਅਸੀਂ ਅਖੌਤੀ ਗੁਰੂ ਬਣ ਕੇ ਬਹਿੰਦੇ ਨੇ, ਕਦੇ ਇੱਥੇ ਕਦੇ ਉੱਥੇ ਮੱਥਾ ਟੇਕਦੀ, ਦੁਨੀਆਂ ਟੇਕਦੀ ਆ ਮੱਥਾ, ਔਰ ਉਹ ਆਪਣੇ ਆਪ ਨੂੰ ਪਤਾ ਨੀ ਕਿ ਅਕਾਲ ਪੁਰਖ ਦਾ ਰੂਪ ਸਮਝ ਕੇ ਬੈਠ ਜਾਂਦੇ ਨੇ। ਪਰ ਆਹ ਗੁਰੂ ਮਹਾਰਾਜ ਜੀ ਦੇ ਬਾਰੇ ਦੇਖੋ ਤੁਸੀਂ, ਜਿਹੜੇ ਜਾਂਦੇ ਹੋਏ ਵੀ ਇਹ ਕਹਿੰਦੇ ਕਿ ਅਕਾਲ ਪੁਰਖ ਦੀ ਪੂਜਾ ਕਰੋ, ਉਸ ਪਰਮਾਤਮਾ ਨੂੰ ਮੰਨੋ, ਉਸ ਕੁਦਰਤ ਨੂੰ ਮੰਨੋ ਜਿਹੜਾ ਸਾਨੂੰ ਇਸ ਸੰਸਾਰ ਦੇ ਵਿੱਚ ਜਿਣਾ ਸਿਖਾ ਕੇ ਗਏ ਨੇ, ਉਸੇ ਨੂੰ ਮੰਨੋ, ਔਰ ਉਹ ਸਾਰਿਆਂ ਵਿੱਚ ਵਿਦਿਆ ਨੇ। ਕਰਤਾ ਕਰੀਮ ਸੋਈ ਰਾਜਕ ਰਹੀਮ, ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਲੀ। ਠੀਕ ਹੈ, ਔਰ ਇਹ ਯਾਨੀ ਮੈਸੇਜ ਨੂੰ ਅਸੀਂ ਮੰਨ ਕੇ ਹੋਏ ਸਾਰੀ ਧਾਰਮਿਕ ਲੜਾਈਆਂ ਦੂਰ ਕਰੀਏ ਅਤੇ ਅਕਾਲ ਪੁਰਖ ਪਰਮਾਤਮਾ ਦੇ ਦੱਸੇ ਯਾਨੀ ਕਿ ਉਸ ਰਾਹ ਨੂੰ ਜਿਹੜਾ ਕਿ ਸਾਨੂੰ ਗੁਰੂ ਮਹਾਰਾਜ ਜੀ ਦੱਸ ਕੇ ਗਏ ਨੇ, ਜਿਹਦੇ ਉੱਤੇ ਇੰਨੀਆਂ ਇੰਨੀਆਂ ਸ਼ਹੀਦੀਆਂ ਪਾ ਗਏ, ਉਸ ਰਾਹ ਨੂੰ ਮੰਨਦੇ ਹੋਏ ਅਸੀਂ ਸਾਰਿਆਂ ਦੀ ਧਾਰਮਿਕ ਸੁਤੰਤਰਤਾ। ਧੰਨਵਾਦ। ਹਾਂਜੀ, ਸਾਰੇ ਆਪਣਾ ਕੈਮਰਾ ਆਨ ਕਰ ਲੈਣ ਜਿਹੜੇ ਵੀ ਆਪਣੇ ਨਾਲ ਜੁੜੇ ਹੋਏ ਨੇ, ਇੱਕ ਸਕਰੀਨਸ਼ਾਟ ਲੈ ਲੈਂਦੇ ਆਪਾਂ। ਵਾਹਿਗੁਰੂ ਜੀ, ਵਾਹਿਗੁਰੂ, ਦਮ ਦਮ ਸਦਾ ਸਮਾਲ ਦਾ। ਕੈਮਰਾ ਆਨ ਕਰ ਲਓ ਇੱਕ ਵਾਰ ਸਭੀ। ਸਰ ਮੈਂ ਵੇਟ ਕਰ ਰਹੀ ਸੀ ਕਿ ਸ਼ਾਇਦ ਔਰ ਵੀ ਕੋਈ ਕੈਮਰਾ ਆਨ ਕਰ ਰਹੇ ਹੋ। ਠੀਕ ਹੈ ਸਰ, ਲੈ ਲਿਆ ਮੈਨੇ ਵੀ ਲੈ ਲਿਆ। ਔਰ ਵੀ ਕੋਈ ਲੈਣਾ ਚਾਹਤਾ ਹੋ ਤੋ
ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਵਾਲੀਆ ਮੈਂ ਅਨੀਜਾ ਮੈਮ ਵੀ ਆ ਗਏ ਸਰ, ਮੈਮ ਵੀ ਸ਼ਾਇਦ ਕੁਛ ਕਹਿਣਾ ਚਾਹ ਰਹੇ। ਨੀਰਜਾ ਮੈਮ, ਥੈਂਕ ਯੂ ਵੈਰੀ ਮਚ ਦਵਿੰਦਰ ਮੈਮ। ਵਾਹਿਗੁਰੂ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਸਦਾ ਸੰਭਾਲਦਾ, ਦਮ ਨਾ
ਜਾਏ